ਆਪਾਂ ਅੱਜ ਪਹੁੰਚੇ ਆ ਫਿਰੋਜ ਸ਼ਾਹ ਪਿੰਡ ਦੇ ਵਿੱਚ। ਜਦੋਂ ਜੰਗਨਾਮੇ ਦਾ ਜ਼ਿਕਰ ਆਉਂਦਾ ਤਾਂ ਉਹਦੇ ਵਿੱਚ ਇਹਨੂੰ ਫੇਰੂ ਸ਼ਹਿਰ ਕਹਿ ਦਿੰਦੇ ਆ। ਫੇਰੂ ਸ਼ਹਿਰ, ਫੇਰੂ ਸ਼ਹਿਰ ਦੇ ਬਿਲਕੁਲ ਜਦੋਂ ਆਪਾਂ ਐਂਟਰ ਕਰਦੇ ਆ ਨਾ, ਜਦੋਂ ਤੁਸੀਂ ਆਓਗੇ ਮੋਗੇ ਵਾਲੇ ਪਾਸਿਓਂ ਤਾਂ ਨਹਿਰਾਂ ਟੱਪੋਗੇ, ਤਾਂ ਨਹਿਰਾਂ ਟੱਪਣ ਤੋਂ ਬਾਅਦ ਜਿਹੜਾ ਟੋਲ ਆਉਂਦਾ, ਟੋਲ ਪਲਾਜ਼ਾ ਆਉਂਦਾ, ਟੋਲ ਪਲਾਜ਼ੇ ਤੋਂ ਵੀ ਪਹਿਲਾਂ, ਟੋਲ ਪਲਾਜ਼ੇ ਤੋਂ ਵੀ ਪਹਿਲਾਂ ਸੜਕ ਮੁੜੂਗੀ ਤੁਹਾਡੇ ਮੋਗੇ ਵਾਲੇ ਪਾਸਿਓਂ ਆਉਂਦਿਆਂ ਨੂੰ, ਤੁਹਾਡੇ ਸੱਜੇ ਹੱਥ ਸੜਕ ਮੁੜਦੀ ਆ ਫਿਰੋਜ਼ ਸ਼ਾਹ ਨੂੰ। ਫੇਰੂ ਸ਼ਹਿਰ ਲਿਖਿਆ ਹੋਇਆ ਉਹਦੇ ਉੱਪਰ। ਉਸ ਪਿੰਡ ਦੇ ਵਿੱਚ ਘੋੜਾ ਅਰਜਨ ਰੌਲੀ ਵਾਲਾ। ਜਦੋਂ ਤੁਸੀਂ ਇਹ ਸੜਕ 'ਤੇ ਆਓਗੇ ਨਾ, ਅਤੇ ਆਉਂਦਿਆਂ ਨੂੰ ਤੁਹਾਨੂੰ ਜਿਹੜਾ ਮੈਂ ਬੋਰਡ ਮੁੱਢ 'ਚ ਦਿਖਾਇਆ ਸੀ, ਇਹ ਤੁਹਾਨੂੰ ਕੰਧ ਦਿਸ ਜੂਗੀ, ਤੁਹਾਡੇ ਸੱਜੇ ਹੱਥ ਹੀ ਆ ਘਰ ਦਿਸ ਜੂਗਾ, ਜਿਹਦੇ ਉੱਪਰ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਬੀਜਾ ਵਾਲੇ। ਇਹਨਾਂ ਦਾ ਦਫ਼ਤਰ ਆ ਕੋਟਕਪੂਰੇ, SR ਦੇ ਪੰਪ ਕੋਲ ਉਹਨਾਂ ਦਾ ਬੋਰਡ ਲੱਗਿਆ ਹੋਇਆ। ਅਤੇ ਉੱਧਰਲੇ ਸਾਹਮਣੇ ਪਾਸੇ ਤੁਹਾਨੂੰ ਦਿਖਾਈ ਦੇ ਦੂਗਾ ਮਾਡਰਨ ਚੁਆਇਸ ਬੁਟੀਕ ਵਾਲਿਆਂ ਦਾ ਬੋਰਡ ਲੱਗਿਆ ਹੋਇਆ। ਅਤੇ ਜਦੋਂ ਤੁਸੀਂ ਫਿਰ ਇੱਥੋਂ ਵੜੋਂਗੇ ਐਵੇਂ ਅੰਦਰ, ਤਾਂ ਤੁਹਾਨੂੰ ਆਹ ਘਰ ਦਿਖਾਈ ਦੇਊਗਾ ਜਿੱਥੇ ਅਰਜਨ ਰੌਲੀ ਵਾਲਾ। ਇਹ ਸਾਰਾ ਐਡਰੈਸ ਮੈਂ ਕਿਉਂ ਦੱਸ ਰਿਹਾ, ਕਿਉਂਕਿ ਇੱਥੇ ਪਹੁੰਚਣਾ ਬੜੇ ਸੱਜਣਾਂ ਨੇ ਹੁੰਦਾ। ਅਤੇ ਜਦੋਂ ਫਿਰ ਪਹੁੰਚਦੇ ਆ ਤਾਂ ਕਿਤੇ ਨਾ ਕਿਤੇ ਐਡਰੈਸ ਆ ਜਿਹੜਾ, ਜੇ ਸੌਖਾ ਵੈਰੀਫਾਈ ਕਰਾਇਆ ਹੋਵੇ ਤਾਂ ਸੌਖਾ। ਅੱਜ ਕੱਲ੍ਹ ਤਾਂ ਵੈਸੇ ਫੋਨਾਂ 'ਤੇ ਲੋਕੇਸ਼ਨਾਂ ਪਹੁੰਚ ਦਿੱਤੀਆਂ ਜਾਂਦੀਆਂ, ਕੋਈ ਏਡੀ ਗੱਲ ਨਹੀਂ, ਪਰ ਫਿਰ ਵੀ ਐਡਰੈਸ ਦੇਣ 'ਚ ਹਰਜ ਵੀ ਕੋਈ ਨਹੀਂ। ਜਦੋਂ ਤੁਸੀਂ ਸੋਨੂ ਹੋਣਾ ਕੋਲ ਪਹੁੰਚੋਗੇ ਤਾਂ ਆਹ ਫਾਰਮ ਹੈ ਜਿੱਥੇ ਸੋਨੂ ਹੋਣਾ ਦੇ ਘੋੜੇ ਖੜ੍ਹੇ ਆ। ਮੈਂ ਤੁਹਾਨੂੰ ਨਜ਼ਰ ਮਰਾ ਦਿਆਂ, ਇੱਧਰਲੇ ਪਾਸੇ ਸੱਜਣ ਬੈਠੇ ਆ ਆਪਣੇ ਸਾਰੇ, ਅਸੀਂ ਵੀਡੀਓ ਕਰਕੇ ਹਟੇ ਹਾਂ ਹੁਣੇ, ਅਤੇ ਹੁਣ ਤੁਹਾਡੇ ਨਾਲ ਗੱਲਬਾਤ ਸਾਰਿਆਂ ਦੀ ਕਰਾਉਂਦੇ ਹਾਂ, ਸਾਰਿਆਂ ਨਾਲ ਮੁਲਾਕਾਤ ਕਰਾਉਂਦੇ ਤੁਹਾਡੀ। ਇੱਧਰਲੇ ਪਾਸੇ ਘੋੜਾ ਖੜ੍ਹਾ, ਆਹ ਘੋੜੀ ਆਈ ਹੋਈ ਆ ਗੁਜਰਾਤ ਤੋਂ ਮਿਲਣ। ਤਕਰੀਬਨ 1.25 ਲੱਖ ਖਰਚਾ ਆ ਜਾਣਾ ਇਹ ਘੋੜੀ ਨੂੰ ਆਉਣ ਜਾਣ ਦਾ, ਬਾਕੀ ਫੀਸ। ਆਹ ਖੜ੍ਹਾ ਅਰਜਨ ਰੌਲੀ ਵਾਲਾ, ਉੱਧਰਲੇ ਪਾਸੇ ਬਾਕੀ ਦੇ ਘੋੜੇ ਆ। ਆਪਾਂ ਸੋਨੂੰ ਹੁਣ ਨਾਲ ਗੱਲਬਾਤ ਕਰਦੇ ਹਾਂ, ਸਾਰੀ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਘੋੜਿਆਂ ਦੀ। ਇੱਕ ਘੋੜਾ ਉੱਧਰਲੇ ਪਾਸੇ ਖੜ੍ਹਾ, ਦੂਸਰਾ ਅਰਜਨ ਦਾ ਬੱਚਾ ਹੀ ਆ। ਸਾਰੀ ਗੱਲਬਾਤ ਸੋਨੂੰ ਹੁਣ ਨਾਲ ਕਰਾਉਂਦੇ ਹਾਂ ਆਪਾਂ ਤੁਹਾਡੀ। ਮੇਰੇ ਨਾਲ ਆ ਬਾਈ ਗੁਰਮੀਤ ਫਿਰੋਜ਼ਸ਼ਾਹ ਅਤੇ ਬਾਈ ਸੋਨੂੰ ਫਿਰੋਜ਼ਸ਼ਾਹ। ਜਦੋਂ ਤੁਸੀਂ ਮੁਕਤਸਰ ਦੀ ਮੰਡੀ 'ਤੇ ਜਾਂਦੇ ਹੋਵੋਗੇ ਨਾ, ਅਤੇ ਮੁਕਤਸਰ ਦੀ ਮੰਡੀ 'ਤੇ ਬਾਹਲਾ ਤਕੜਾ ਧਾਮ ਜਾਮ, ਬਾਹਲਾ ਤਕੜਾ ਟੈਂਟ ਟੁੰਟ ਲਾਇਆ ਹੁੰਦਾ, ਬਾਹਲਾ ਕੈੜਾ ਕੰਮ ਕੀਤਾ ਹੁੰਦਾ, ਅਤੇ ਉਹ ਤਕਰੀਬਨ 2-3 ਬੰਦਿਆਂ ਦਾ ਹੀ ਕੀਤਾ ਹੁੰਦਾ, ਅਤੇ ਉਹਨਾਂ 'ਚੋਂ ਇੱਕ ਹੁੰਦੇ ਆ ਸੋਨੂੰ ਹੋਣੀ। ਸੋਨੂੰ ਪਹਿਲਾਂ ਗੱਲਬਾਤ ਘੋੜਿਆਂ ਦੀ ਫੇਰ ਕਰਾਂਗੇ, ਪਹਿਲਾਂ ਮੈਨੂੰ ਇਉਂ ਦੱਸ ਵੀ ਜਿਹੜਾ ਟੈਂਟ ਲਾਇਆ ਹੁੰਦਾ ਉਹ ਬਾਹਲਾ ਕੈੜਾ ਇੰਤਜ਼ਾਮ ਹੁੰਦਾ, ਕੌਣ ਕਰਦਾ ਤੁਹਾਡੇ ਦੋਨਾਂ 'ਚੋਂ? ਉਹ ਬਈ ਮੁੰਡੇ ਆ ਘਾਂਗੇ ਤੋਂ। ਅੱਛਾ, ਭੁੱਲਰ ਆ, ਭੁੱਲਰਾ ਛੱਬਰਾਂ ਦੀ ਢਾਣੀ ਵੱਜਦੀ ਆ ਬਈ, ਉਹ ਸਾਰੇ ਮੁੰਡੇ ਉਹ ਰਲ ਮਿਲ ਕੇ ਉਹ ਕੰਮ ਕਰਦੇ ਆ ਜੀ, ਟੈਂਟ ਵਾਲਾ। ਅੱਛਾ ਅੱਛਾ, ਉਹ ਕਰਦੇ ਆ? ਹਾਂਜੀ। ਬਾਹਲਾ ਕੈੜਾ ਬੜੇ ਇੰਤਜ਼ਾਮ ਕੀਤੇ ਹੁੰਦੇ ਆ? ਉਹ ਸਭ ਕੁਝ ਉਹੀ ਕਰਦੇ ਆ ਬਈ। ਅੱਛਾ, ਉਹੀ? ਇੱਕ ਮੁੰਡੇ ਆ ਬਾਬਾ ਫਾਰਮ ਵਾਲੇ ਆ ਵਣ ਪੈਣ ਦਾ ਗੁਰੂ ਸਾਹਿਬ 'ਚ, ਇੱਕ ਉਹ ਆ ਮੁੰਡੇ ਅਤੇ ਇੱਕ ਘਾਂਗੇ ਵਾਲੇ, ਉਹੀ ਕਰਦੇ ਸਾਰਾ, ਉਹੀ ਰਲ ਮਿਲ ਕੇ? ਹਾਂਜੀ, ਉਹੀ ਕਰਦੇ ਆ ਜੀ। ਅਤੇ ਪਹਿਲਾਂ ਫਿਰ ਆਪਣੇ ਹੁਣ ਦੇਵਤੇ ਬਾਰੇ ਗੱਲਬਾਤ ਕਰੀਏ। ਹਾਂਜੀ, ਦੇਵਤੇ ਬਾਰੇ ਗੱਲਬਾਤ ਕਰਦੇ ਹਾਂ ਬਈ। ਕਿੰਨਾ ਰਿਕਾਰਡ ਹੋਊਗਾ ਗਰਮੀ ਦੀ ਜੇ ਆਪਾਂ ਰਿਕਾਰਡ ਦੀ ਗੱਲ ਕਰੀਏ? ਦੇਖੀ ਬੇਟਾ ਮਗਰਲੇ ਪਾਸੇ ਲੱਤ ਨਾ ਮਾਰੇ ਕਦੇ ਬਾਈ ਚਾਂਸ ਕੋੜਾ। ਆਪਣੇ ਕੋਲ ਕਿੰਨਾ ਕੁ ਅਰਜਨ ਦਾ ਰਿਕਾਰਡ ਹੋਊ ਬੇਟਾ? ਅਰਜਨ ਦੇ ਉਹਦੇ ਵਿਚਾਲੇ ਚਲੇ ਜਾ। ਹਾਂ, ਰਿਕਾਰਡ ਬਈ ਘੋੜੀਆਂ ਮਿਲਾਉਣ 'ਚ? ਹਾਂ, ਘੋੜੀਆਂ ਮਿਲਾਉਣ ਦਾ ਆਪਣੇ ਕੋਲ ਕਿੰਨਾ ਹੋਊ? ਅਣਗਿਣਤੀ ਆ ਜੀ, ਕੋਈ ਜਾਣੀ ਕਿ ਆਪਾਂ ਨੋਟ ਹੀ ਨਹੀਂ ਕੀਤਾ ਬਾਹਲਾ ਜ਼ਿਆਦਾ। ਪਿਛਲੀ ਵਾਰ ਜਦੋਂ ਮੈਂ ਆਇਆ ਸੀ ਉਦੋਂ ਮੈਨੂੰ ਸ਼ੱਕ ਪੈਂਦੀ ਹੈ ਵੀ 1000 ਦੇ ਨੇੜੇ ਤੇੜੇ ਦਾ 1250 ਦੇ ਕਰੀਬ ਤੇ ਹੋ ਗਿਆ ਸੀਗਾ ਜੀ। ਹਾਂ, 1250। ਉਦੋਂ ਬਾਅਦ 'ਚੋਂ ਆਣ ਕਿੱਥੇ 500 ਤੋਂ ਪਲੱਸ ਘੋੜੀ ਆਪਾਂ ਮਿਲਾ ਤੀ ਜੀ। ਤੁਸੀਂ 500 ਤੋਂ ਪਲੱਸ ਇੱਕ ਸਾਲ ਦੇ ਵਿੱਚ? ਹਾਂਜੀ ਹਾਂਜੀ, ਇੱਕ ਸਾਲ ਦੇ ਵਿੱਚ ਮਿਲਾ ਤੀ। ਇਹਨੂੰ 5 ਜੂਨ ਨੂੰ 2 ਸਾਲ ਹੋ ਜਾਣਗੇ ਜੀ ਇੱਥੇ ਆਏ ਨੂੰ। ਆਪਣੇ ਕੋਲ 2 ਸਾਲ ਹੋ ਜਾਣਗੇ, ਅਤੇ ਆਪਾਂ ਨੂੰ ਵੀਡੀਓ ਕੀਤੀ ਨੂੰ ਤਕਰੀਬਨ ਸਾਲ ਹੋ ਗਿਆ। ਸਾਲ ਹੀ ਹੋਇਆ ਜੀ, ਹਾਂ, ਪਿਛਲੇ ਸਾਲ ਹੀ ਕੀਤੀ। ਸਾਲ ਹੋ ਗਿਆ, ਅਤੇ ਯਾਰ ਇੱਕ ਮੈਨੂੰ ਬੜਾ ਅਫਸੋਸ ਆ, ਅੱਜ ਮੈਨੂੰ ਮਿਸ ਕਰ ਰਿਹਾ ਮੈਂ, ਬਾਪੂ ਚਲਿਆ ਗਿਆ ਯਾਰ। ਹਾਂਜੀ, ਬਾਪੂ ਉਦੋਂ ਵਿੱਚ ਸੀ, ਆਪਣੇ ਵਿੱਚ ਬੈਠਾ ਸੀ ਹਨਾ, ਉਦੋਂ ਨਾਲ ਵੀਡੀਓ ਦੇ ਵਿੱਚ। ਹਾਂਜੀ, ਉਦੋਂ ਵੀਡੀਓ ਦੇ ਵਿੱਚ ਸੀਗਾ। ਤੇ ਉਸ ਤੋਂ ਬਾਅਦ ਬਾਪੂ ਹੁਣੀ ਮੇਰੇ ਹਿਸਾਬ ਨਾਲ ਮੈਂ ਕਣਕਾਂ ਦੀਆਂ 1 ਮਹੀਨੇ ਕਦੀਆਂ ਸੀ ਜਦੋਂ ਮੈਂ ਵੀਡੀਓ ਕਰਕੇ ਗਿਆ। ਹਾਂਜੀ, ਤੇ ਬਾਪੂ ਚਲਿਆ ਗਿਆ, ਉਸ ਤੋਂ ਬਾਅਦ ਕਣਕਾਂ ਦੀਆਂ ਵਾਢੀਆਂ ਮਿਲੇ। ਹਾਂਜੀ, 10 ਅਪ੍ਰੈਲ ਨੂੰ ਉਹਨਾਂ ਦੀ ਡੈਥ ਹੋਈ ਸੀ। ਹਾਂ, ਬਾਪੂ ਦੀ ਡੈਥ ਹੋ ਗਈ ਹਨਾ ਬਾਈ, ਤੇ 2 ਸਾਲਾਂ ਦੇ ਵਿੱਚ। ਵੈਸੇ ਬਾਈ ਅਰਜਨ ਨੂੰ ਤਾਂ ਉਹ ਕੰਮ ਆ ਹਨਾ ਵੀ ਲੋਕ ਸੁੰਘ ਕੇ ਭਾਲ ਲੈਂਦੇ ਆ ਵੀ ਕਿੱਥੇ ਖੜਾ ਹਨਾ ਅਰਜਨ। ਹਾਂਜੀ, ਤੇ ਮੈਂ ਤੁਸੀਂ ਦੇਖੋ ਆਮ ਬੰਦਾ ਕੀ ਕਰਦਾ ਕਿ ਜਦੋਂ ਸੋਨੂੰ ਬਾਈ ਵੀਡੀਓ ਕਰਾਉਂਦਾ ਹਨਾ, ਤੇ ਮੈਂ ਉਹਦੀ ਵੀਡੀਓ ਦੁਬਾਰਾ ਪਾਤੀ।
ਘੋੜਾ ਘੋੜਿਆਂ ਵਾਲਿਆਂ ਨੂੰ ਆਮ ਹੀ ਹੁੰਦਾ ਮੇਰੀ ਵੀਡੀਓ ਦੁਬਾਰਾ ਪੈ ਜੇ ਤੇ ਮੈਂ ਉੱਥੇ ਮੈਂ ਬੜਾ ਪ੍ਰੀਤ ਨੂੰ ਮੈਂ ਕਿਹਾ ਹੈਰਾਨ ਹੋਇਆ ਮੈਂ ਕਿਹਾ ਵੀ ਪ੍ਰੀਤ ਫਿਰ ਜਦੋਂ ਤੁਸੀਂ ਮੈਨੂੰ ਦੱਸਿਆ ਵੀ ਅਸਲੀ ਪ੍ਰੋਬਲਮ ਦੱਸੀ ਮੈਂ ਕਿਹਾ ਵੀ ਪ੍ਰੋਬਲਮ ਆਹ ਅਸਲ ਦੇ ਵਿੱਚ ਫੀਸ 21,000 ਕਰਤੀ 21 ਕੀਤੀ ਕਰਕੇ ਤਾਂ ਡਿਲੀਟ ਕਰਾਈ ਉਹ ਹਾਂਜੀ ਉਹਨੂੰ ਹੋ ਗਿਆ ਤਕਰੀਬਨ ਸਾਲ ਸਾਲ ਹੋ ਗਏ ਬਈ ਫੋਨ ਕਿੱਥੋਂ ਕਿਤੋਂ ਸਭ ਤੋਂ ਦੂਰੋਂ ਘੋੜੀ ਕਿੱਥੋਂ ਆਈ ਆਪਣੇ ਕੋਲ ਹੁਣ ਤੱਕ ਘੋੜੀਆਂ ਤਾਂ ਬਹੁਤ ਦੂਰੋਂ ਦੂਰੋਂ ਆਈ ਜਾਂਦੀਆਂ ਆਹ ਘੋੜੀ ਹੁਣ 1400 ਕਿਲੋਮੀਟਰ ਬਾੜ ਤੋਂ ਆਈ ਆ ਗੁਜਰਾਤ ਚੋਂ ਆਈ ਵੀ 1400 ਕਿਲੋਮੀਟਰ ਹਾਂਜੀ ਤੁਸੀਂ ਮੈਨੂੰ ਆਏ ਨੂੰ ਦੱਸਦੇ ਸੀ ਤੁਸੀਂ ਕਿਹਾ ਵੀ ਇਹਦਾ 50,000 ਰੁਪਈਆ ਖਰਚਾ 60,000 ਇੱਕ ਪਾਸੇ ਦਾ 52,000 ਰੁਪਈਆ ਤਾਂ ਆਪਾਂ ਨੂੰ ਫੀਸ ਹੀ ਦੇਣੀ ਆ ਜੀ ਉਹਨਾਂ ਨੇ ਸਣੇ ਸੰਭਾਈ ਘੋੜੀ ਸੰਭਾਈ ਸਣੇ ਚੈੱਕ ਹੋ ਕੇ ਜਾਊ 18-17 ਦਿਨਾਂ ਦੀ ਘੋੜੀ ਤੇ 60-65,000 ਰੁਪਈਆ ਉਹਨਾਂ ਨੂੰ ਇੱਕ ਪਾਸੇ ਦਾ ਕਿਰਾਇਆ ਪੈਣਾ ਜੀ ਇੱਕ ਪਾਸੇ ਦਾ ਕਿਰਾਇਆ ਆਪਾਂ ਕਹਿ ਲਈਏ 60 ਤੇ 60 ਸੋ ਨੂੰ ਬਈ 1,20,000 ਤੇ 1,70,000-75,000 ਰੁਪਈਏ ਚ ਘੋੜੀ ਗੱਬਣ ਹੋ ਕੇ ਉਹਨਾਂ ਦੇ ਘਰੇ ਜਾਊਗੀ ਹਾਂਜੀ ਤੇ ਜਦੋਂ ਬੱਚਾ ਦਊ ਉਦੋਂ ਬਾਅਦ ਦੀਆਂ ਗੱਲਾਂ ਜੀ ਦੇਖ ਲਓ ਤੇ ਇਹ ਗੁਜਰਾਤ ਤੋਂ ਆਈ ਹੋਈ ਹੈ ਪ੍ਰੀਤ ਮਾੜਾ ਜਿਹਾ ਨਿਗਾਹ ਮਾਰਿਓ ਆਹ ਘੋੜੀ ਗੁਜਰਾਤ ਤੋਂ ਆਈ ਹੋਈ ਹੈ ਦੇਖ ਲਓ ਵੀ ਜਿਹੜੇ ਇਹਦੇ ਅਰਜਨ ਦੇ ਫੈਨ ਆ ਹਾਂਜੀ ਹਾਂਜੀ ਵਾਟ ਨਹੀਂ ਵੇਂਦੇ ਸੀ ਜਿਨ੍ਹਾਂ ਨੇ ਘੋੜੀ ਮਿਲਾਉਣੀ ਹੈ ਜੀ ਬਈ ਕਦੋਂ ਕਦੇ ਮਗਰ ਲੱਗੇ ਹੋਏ ਸੀ ਬੰਦਿਆਂ ਨੂੰ ਪੁੱਛਿਆ ਉਹਨਾਂ ਨੂੰ ਵੀ ਬਹੁਤ ਟਾਈਮ ਦੇ ਵਿਚਾਰੇ ਮਗਰ ਪਏ ਸੀਗੇ ਉਹਨਾਂ ਨੂੰ ਪਹਿਲਾਂ ਤਾਂ ਨੰਬਰ ਹੀ ਨਹੀਂ ਮਿਲਿਆ ਜੀ ਉਹ ਕਹਿੰਦੇ ਬਈ ਅਸੀਂ ਮਸਾਂ ਵੀਡੀਓ 'ਚ ਨੰਬਰ ਲਿਆ ਤੁਹਾਡਾ ਫਿਰ ਨੰਬਰ ਲੱਗਿਆ ਨਹੀਂ ਫਿਰ ਅਸੀਂ ਥੋੜ੍ਹੇ ਮਾਘੀ ਦੇ ਉੱਥੇ ਮੇਲੇ ਦੇ ਬੀਜੀ ਸੀ 19 ਤਰੀਕ ਨੂੰ ਇਹ ਘੋੜੀ ਆਈ 17 ਤਰੀਕ ਨੂੰ ਮਾਘੀ ਮੇਲੇ ਤੋਂ ਘਰੇ ਆ ਗਏ ਸੀ 19 ਤਰੀਕ ਨੂੰ ਘੋੜੀ ਆਈ 4 ਦਿਨ ਘੋੜੀ ਨੂੰ ਰਾਹ 'ਚ ਲੱਗੇ ਆਉਂਦੀ ਨੂੰ ਬੱਲੇ ਬੱਲੇ 4 ਦਿਨ ਵੈਸੇ ਬਈ ਉਹ ਔਖਾ ਵੀ ਹੈ ਨਾ ਇਹਨਾਂ ਦਾ ਜਾਨਵਰ ਨੂੰ ਰਾਹ ਦੇ ਵਿੱਚ ਪਾਣੀ ਧਾਣੀ ਦਾ ਔਖਾ ਹੋ ਜਾਂਦਾ ਹਨਾ ਪਾਣੀ ਧਾਣੀ ਦਾ ਪੂਰਾ ਹੀ ਔਖਾ ਸੀਗਾ ਖੜੀ ਆਈ ਘੋੜੀ ਲਾਈ ਨਹੀਂ ਉਹਨਾਂ ਨੇ 4 ਦਿਨ ਉਵੇਂ ਲਗਾਤਾਰ ਹੀ ਆਏ ਲਗਾਤਾਰ ਹੀ ਇੰਨੇ ਦਿਨਾਂ ਜਾਨਵਰ ਥੱਕ ਹੀ ਬਹੁਤ ਜਾਂਦਾ ਆ ਹਾਂਜੀ ਤੇ ਜਾਂਦੀ ਹੋਈ ਗੱਬਣ ਹੋਊਗੀ ਉਹਨੂੰ ਕਿ ਬਾਈ ਬਣ ਕੇ 1 ਦਿਨ ਵੱਧ ਲੱਗ ਜੇ ਭਾਵੇਂ ਹਾਂ ਹਾਂ ਗੱਬਣ ਘੋੜੀ ਕਰਾ ਕੇ ਫਿਰ ਵੀ ਹਨਾ ਇੰਨਾ ਬੰਦੇ ਨੇ ਯਾਰ 1.5-2 ਲੱਖ ਰੁਪਈਆ ਖਰਚਾ ਕੀਤਾ ਬਈ ਉਹਨੂੰ ਕਹੇ ਭਾਵੇਂ 1 ਦਿਨ ਵੱਧ ਲੱਗ ਜੇ ਯਾਰ ਰਾਹ 'ਚ ਦਮ ਦਵਾ ਕੇ ਨਹੀਂ ਉਹ ਤਾਂ ਕਵਾਂਗੇ ਹਾਂ ਵੀ ਅਗਲਾ ਵੈਸੇ ਤਾਂ ਅਗਲੇ ਨੂੰ ਵੀ ਉਨਾ ਹੀ ਫਿਕਰ ਆ ਅਗਲੇ ਨੇ ਵੀ ਐਡੇ ਲੈਜੈਂਡ ਘੋੜੇ ਦਾ ਬੱਚਾ ਲੈਣਾ ਤਾਂ ਸਹੀ ਗੱਲ ਹੈ ਹਨਾ ਹਾਂਜੀ ਤੇ ਇਹ ਅਰਜਨ ਤੋਂ ਜਾਣਦਾ ਵੀ ਆਪਾਂ ਆਪਣੇ ਕੋਲੇ ਆ ਕੇ 500 ਜਿਵੇਂ ਆਪਾਂ ਕਹਿ ਲਈਏ ਕਿ ਉਦੋਂ ਪਿਛਲੇ ਰਿਕਾਰਡ ਦੇ ਅੱਧਾ ਰਿਕਾਰਡ ਆਪਾਂ ਪਾਰ ਕਰਤਾ ਹਾਂਜੀ ਅੱਧਾ ਕਰਤਾ ਜੀ ਵੀ ਜਿੰਨਾ ਇਹ ਘੋੜੇ ਨੇ ਉਮਰ ਹੋਊਗੀ ਬਾਈ ਘੋੜੇ ਦੀ ਕਿੰਨੀ ਹੋਊਗੀ ਹੋਊ ਆਪਣੇ ਦੀ ਇਹਨੂੰ ਬਾਈ 12-12 ਸਾਲ ਜਾਂਦਾ ਜੀ 12-12 ਸਾਲ ਚੱਲਦਾ ਵੀ ਆਪਾਂ ਕਹਿ ਲਈਏ ਵੀ 3 ਸਾਲ ਤੋਂ ਘੋੜਾ ਘੋੜੀਆਂ ਵੇਟ ਕਰਨ ਲੱਗ ਜਾਂਦਾ ਤੁਹਾਨੂੰ ਬਾਈ ਹਾਂਜੀ ਤੇ 3 ਸਾਲ ਤੋਂ ਜਿੰਨੀਆਂ ਕੁ ਰਿਕਾਰਡ ਦੇ ਵਿੱਚ ਘੋੜਾ ਕਹਿ ਲਏ ਵੀ 3 ਸਾਲ ਤੋਂ 10 ਸਾਲ ਤੱਕ ਹਾਂਜੀ ਘੋੜੀਆਂ ਕੀਤੀਆਂ ਉਨੀਆਂ 10 ਸਾਲ ਤੋਂ 12-12 ਸਾਲ ਤੱਕ 2 ਸਾਲਾਂ ਦੇ ਵਿੱਚ ਉਹਨਾਂ ਨੇ 2 ਸਾਲਾਂ ਦੇ ਵਿੱਚ ਕਰਦੇ ਉਦੋਂ ਅੱਧੀਆਂ ਕਰਦੇ ਹਾਂਜੀ ਅੱਧੀਆਂ ਕਰਦੇ ਉਦੋਂ ਅੱਧੀਆਂ ਕਰਤੀਆਂ ਤੇ ਵੱਡੇ ਘੋੜੇ ਬਾਈ ਕਿੰਨੇ ਬਣ ਗਏ ਹੁਣ ਗਿਣਤੀ 'ਚ ਘੋੜੇ ਬਹੁਤ ਵੱਡੇ ਬਣ ਗਏ ਇਹਦੇ ਵੀ ਜਾਣੀ ਕਿ ਪਹਿਲੇ ਨੰਬਰ ਬਤਾਵ ਲਾ ਲਓ ਤੁਸੀਂ ਬਹੁਤ ਵੱਡਾ ਘੋੜਾ ਬਣਿਆ ਜੀ ਹਾਂ ਜਸਪਾਲ ਅੰਕਲ ਨੇ ਵੇਚਤਾ ਜੀ ਉਹ ਇੱਕ ਆਗਲੀਏ ਖੜਾਈ ਬਹੁਤ ਚੰਗਾ ਘੋੜਾ ਬਹੁਤ ਵੱਡਾ ਮੈਂ ਫਲਮਾ ਕੇ ਆਇਆ ਮਹਾਦੇਵ ਹਾਂ ਮਹਾਦੇਵ ਮਹਾਦੇਵ ਤੇ ਇੱਕ ਘੋੜਾ ਆਈ ਸਖਬਾਜ ਬਹੁਤ ਵੱਡਾ ਬਣ ਗਿਆ ਜੀ ਰੌਲੀ ਆ ਜਿਹੜਾ ਜੀ ਉਹ ਵੀ ਆ ਘੋੜਾ ਇੱਥੇ ਕੱਢਾਂਗੇ ਫਲਮਾਵਾਂਗੇ ਜੀ ਉਹਨੂੰ ਵੀ ਉਹ ਹਜੇ ਫਲਮਾਇਆ ਨਹੀਂ ਗਾ ਜਮਾਂ ਹੀ ਉਹਦੀ ਕੋਈ ਇੰਟਰਵਿਊ ਨਹੀਂ ਦਿਖਾਇਆ ਹੀ ਨਹੀਂ ਗਾ ਜੀ ਦਿਖਾਇਆ ਇਹ ਉਹ ਵੀ ਇਹਦਾ ਬੱਚਾ ਹਾਂਜੀ ਇਹਦਾ ਤੇ ਇੱਕ ਨੰਬਰਦਾਰਾਂ ਕੋਲੇ ਪਾਰਸ ਪਾਰਸ ਘੋੜਾ ਬਹੁਤ ਚੰਗਾ ਵਾਲੇ ਹਾਂਜੀ ਫੁੱਲੇ ਵਾਲਿਆਂ ਦਾ ਹਾਂ ਉਹ ਵੀ ਬਹੁਤ ਵੱਡਾ ਇੱਕ ਮਾਲੇ ਵਾਲੇ ਮੁੰਡੇ ਆ ਜੀ ਇਹਨਾਂ ਕੋਲੇ ਘੋੜਾ ਬਹੁਤ ਚੰਗਾ ਜੀ ਆਪਣੇ ਘੋੜੇ ਦਾ ਬੱਚਾ ਤਿਆਰ ਹੋ ਜਾਂਦਾ ਆਪਣੇ ਘੋੜੇ ਦਾ ਬੱਚਾ ਹਾਂਜੀ ਤੇ ਬਾਕੀ ਹੋਰ ਜਿਹੜੇ ਰਾਜਸਥਾਨ ਹਰਿਆਣੇ ਗੁਜਰਾਤ ਇੱਧਰ ਨੂੰ ਚਲੇ ਗਏ ਸੇਖੇ ਘੋੜਾ ਬਹੁਤ ਚੰਗਾ ਤਿਆਰ ਆ ਜੀ ਸੇਖੇ ਹਾਂਜੀ ਇੱਕ ਰਾਜਸਥਾਨ 21 ਰੁਪਏ ਪੂਰਨ ਸਿੰਘਾਂ ਕੋਲੇ ਸੀਗਾ ਜੀ ਸੂਰਜ ਉਹ ਘੋੜਾ ਪੂਰਾ ਹੋ ਗਿਆ ਜੀ ਇੱਕ ਜਲੰਧਰ ਆਈ ਘੋੜਾ ਮੱਖਣਜੀਤ ਹੋਣਾ ਕੋਲੇ ਉਹ ਵੀ ਬਹੁਤ ਵੱਡਾ ਬਣਿਆ ਜੀ ਇਹਦੇ ਬੱਚੇ ਇਹਦਾ ਹੀ ਬੱਚਾ ਜੀ ਅਰਜਨ ਦਾ ਜੀ ਉਹ ਵੀ ਬਹੁਤ ਚੰਗਾ ਬੱਚਾ ਬਣਿਆ ਉਹ ਹਜੇ ਛੱਡਿਆ ਨਹੀਂ ਗਾ ਘੋੜੀਆਂ ਤੇ ਉਹਨਾਂ ਨੇ ਛੱਡਿਆ ਨਹੀਂ ਗਾ ਅਰਜਨ ਇੱਕ ਉਹ ਜਿਹੀ ਚੀਜ਼ ਬਣ ਗਿਆ ਬਾਈ ਜੇ ਆਪਾਂ ਗਰਮੀ ਦੀ ਗੱਲ ਕਰੀਏ ਵੀ ਅਰਜਨ ਉਹ ਚੀਜ਼ ਬਣ ਗਿਆ ਵੀ ਜਿਹਦਾ ਨਾ ਮਾਂ ਪੁੱਛਣ ਦੀ ਲੋੜ ਨਾ ਬਾਪ ਪੁੱਛਣ ਦੀ ਲੋੜ ਨਾ ਕੱਦ ਪੁੱਛਣ ਦੀ ਲੋੜ ਕੁਛ ਨਹੀਂ ਪੁੱਛਣ ਦੀ ਲੋੜ ਹਾਂਜੀ ਹਾਂਜੀ ਇਹਨੇ ਆਪਦੀ ਲੈਣ ਆਪ ਹੀ ਬਣਾ ਲਈ ਹੈ ਹਾਂਜੀ ਇਹਨੇ ਆਪਦੀ ਲੈਣ ਆਪ ਹੀ ਤਿਆਰ ਕੀਤੀ ਹੈ ਇੱਕ ਕੀ ਕਹਿਣ ਲੱਗੇ ਸੀ ਬਾਈ ਤੁਸੀਂ ਮੈਂ ਕਹਿਣ ਲੱਗਾ ਜੀ ਇੱਕ ਚੱਠਾ ਸਟੱਡ ਫਾਰਮ ਵਾਲਿਆਂ ਕੋਲੇ ਵੀ ਬਹੁਤ ਚੰਗਾ ਤਲਵੰਡੀ ਵਾਲਿਆਂ ਕੋਲੇ ਤਲਵੰਡੀ ਸਾਹਿਬ ਤਲਵੰਡੀ ਸਾਹਿਬ ਮੈਂ ਫਲਮਾ ਕੇ ਆਇਆ ਸੀ ਉਹ ਵੀ ਬਹੁਤ ਚੰਗਾ ਵਿਸ਼ੇਰਾ ਬਣਿਆ ਹਾਂ ਫਲਮਾ ਕੇ ਆਇਆ ਸੀ ਉਹ ਕੀ ਹੋਇਆ ਕਿ ਜਦੋਂ ਮੈਂ ਫਲਮਾ ਕੇ ਆਇਆ ਬਾਈ ਸੁਖਵੀਰ ਦਾ ਉਦੋਂ ਦੂਏ ਤੀਏ ਦਿਨ ਛੱਡਿਆ ਸੀ ਕਿਤੇ ਸੱਟ ਲਾਣੀ ਸੀ ਘੋੜੇ ਨੇ ਹਾਂ ਤੇ ਉਸ ਤੋਂ ਬਾਅਦ ਹੁਣ ਠੀਕ ਹੋਇਆ ਹਾਂ ਹੁਣ ਠੀਕ ਹੋ ਗਿਆ ਹੁਣ ਮਾਲਕ ਦੀ ਕਿਰਪਾ ਨਾਲ ਪੂਰਾ ਕਾਇਮ ਹਾਂਜੀ ਹਾਂਜੀ ਹੁਣ ਠੀਕ ਹੈ ਉਹ ਅਦੰਤ ਬੱਚਾ ਹਾਂਜੀ ਮੈਨੂੰ ਪਤਾ ਵੀ 64-65 ਇੰਚ ਦਾ ਹੋ ਗਿਆ ਸੀ ਹਾਂਜੀ ਹੈਗਾ ਸੀਗਾ ਜੀ ਫਰੀਦਕੋਟ ਸ਼ੋਅ ਚ ਜਦੋਂ ਆਇਆ ਉਦੋਂ ਸੀਗਾ ਜੀ ਵਿਨਰ ਬਣਿਆ ਜੀ ਸੈਂਕੜ ਸੀਗਾ ਜੀ
ਉਦੋਂ ਅਦੰਤ ਚ ਹੀ ਬੈਨਰ ਬਣਿਆ ਹਾਂਜੀ ਹਾਂਜੀ ਅਦੰਤ ਚ ਬਣਿਆ ਹਾਂਜੀ ਹਾਂਜੀ ਅਦੰਤ ਚ ਤਾਂ ਉਹ ਸਾਰਿਆਂ ਨਾਲੋਂ ਵੱਡਾ ਹੋਊਗਾ ਦੇਖੋ ਵੱਡਾ ਸੀਗਾ ਜੀ ਹਾਂਜੀ ਘੋੜਾ ਹੀ ਬਣਿਆ ਪਿਆ ਸੀ ਹਾਂ ਪੂਰਾ ਜਦੋਂ ਮੈਂ ਫਲਮਾਇਆ ਉਦੋਂ ਵੀ ਅਦੰਤ ਹੀ ਸੀ ਉਹ ਹਾਂਜੀ ਅਦੰਤ ਹੀ ਸੀਗਾ ਮਤਲਬ ਬਹੁਤ ਮਾਲਕ ਦੀ ਕਿਰਪਾ ਨਾਲ ਬਸ਼ੇਰੇ ਵੀ ਬਾਈ ਬਸ਼ੇਰੇ ਆਏ ਵੀ ਬਹੁਤ ਆ ਬਾਈ ਦੇ ਹਾਂ ਬਸ਼ੇਰੇ ਬਹੁਤ ਆਏ ਆ ਜੀ ਬਸ਼ੇਰੇ ਆਏ ਵੀ ਬਹੁਤ ਆ ਤੇ ਬਸ਼ੇਰੇ ਬਣੇ ਵੀ ਬਹੁਤ ਆ ਤਿਆਰੇ ਵੀ ਬਹੁਤ ਆਏ ਹੁਣ ਕੁਛ ਤਿਆਰ ਵੀ ਹੋਈ ਜਾਂਦੇ ਬੱਚੇ ਹਜੇ ਛੋਟੇ ਆ ਜੀ ਉਹ ਕਰਾਂਗੇ ਹੌਲੀ ਹੌਲੀ ਬਾਹਰ ਉਹਨਾਂ ਨੂੰ ਵੀ ਕੱਢਾਂਗੇ ਕਰਾਂਗੇ ਜ਼ਿਕਰ ਉਹਨਾਂ ਦਾ ਵੀ ਨਹੀਂ ਹੌਲੀ ਹੌਲੀ ਆਈਦਾ ਬਾਕੀ ਕੁਛ ਘੋੜੇ ਇਹੋ ਜਿਹੇ ਹੁੰਦੇ ਆ ਵੀ ਜਿਨ੍ਹਾਂ ਦੀ ਮਾਰਕੀਟ ਆਪੇ ਮਾਰਕੀਟ ਹੀ ਐਡ ਕਰੀ ਜਾਂਦੀ ਹਾਂਜੀ ਹਾਂਜੀ ਮਾਰਕੀਟ ਹੀ ਐਡ ਕਰੀ ਜਾਂਦੀ ਹੈ ਹਨਾ ਵੀ ਜਿਹਦੀ ਉਹ ਕਹਿੰਦੇ ਡੁਪਲੀਕੇਸੀ ਵੀ ਆਉਣ ਲੱਗ ਜੇ ਫਿਰ ਉਹ ਬ੍ਰਾਂਡ ਬਣ ਜਾਂਦਾ ਸਹੀ ਗੱਲ ਹੈ ਇਹਦੀ ਤਾਂ ਡੁਪਲੀਕੇਸੀ ਵੀ ਚੱਲ ਪਈ ਆ ਵੀ ਕਿਤੇ ਕਿਤੇ ਝੂਠ ਵੀ ਚੱਲਦਾ ਬਹੁਤ ਚੱਲਦਾ ਝੂਠ ਤਾਂ ਬਾਹਲਾ ਚੱਲਦਾ ਜੀ ਜਿਹਦੇ ਮੜੇ ਕੰਨ ਸ਼ਕੀਨ ਆ ਜਾਣ ਮੜਾ ਸੋਹਣਾ ਆ ਜੇ ਕਹਿੰਦੇ ਹਰ ਜਾਂਦਾ ਹਰ ਜਾਂਦਾ ਜਿਵੇਂ ਦੂਜਾ ਇਹ ਕੁਛ ਘੋੜੇ ਆ ਇਹ ਜੇ ਜਿਹਨਾਂ ਦਾ ਨਾਂ ਜਿਵੇਂ ਅਨਨੋਨ ਜੇ ਬਾਹਲਾ ਸੋਹਣਾ ਹੋਵੇ ਤਾਂ ਮਾਰਵਾੜੀ ਦੇ ਵਿੱਚ ਅਗਲਾਂ ਦਾ ਕਾਲੇ ਕਾਂਟੇ ਹਾਂਜੀ ਉਹ ਚੀਜ਼ ਉਹ ਵੀ ਉਹਦਾ ਵੀ ਚੱਲਦਾ ਮੌਕੇ ਤੇ ਜਿਹੜੇ ਘੋੜੇ ਦਾ ਨਾਂ ਚੱਲਦਾ ਜੀ ਉਹਦਾ ਬਣਾ ਦਿੰਦੇ ਬਸ ਵਿਕਣ ਚ ਥੋੜਾ ਜਿਹਾ ਦਿੱਕਤ ਘੱਟ ਆਉਂਦੀ ਅਗਲਾ ਕਹਿੰਦਾ ਵੀ ਬਣਾ ਦੂ ਕੁਛ ਨਾਂ ਚੱਲਦਾ ਤੇ ਆਪਣੇ ਦੂਜਾ ਘੋੜਾ ਦੇਖੀਏ ਦੂਜਾ ਹਾਂਜੀ ਅਰਜਨ ਦਾ ਹੀ ਬੱਚਾ ਇੱਕ ਘੋੜਾ ਲਿਆ ਵੀ ਇਹਦਾ ਆਪਾਂ ਜ਼ਿਕਰ ਹੀ ਨਹੀਂ ਕੀਤਾ ਯਾਰ ਆਪਾਂ ਦੂਜੀ ਸੁਣਾਈ ਗਏ ਉਹ ਆਪਣੇ ਨਾਲ ਉਹ ਨਹੀਂ ਗੱਲ ਹੋ ਗਈ ਸੋਨੂੰ ਵੀ ਉਹ ਜਿਵੇਂ ਕਹਿੰਦੇ ਸੀਗੇ ਉਹ ਬੰਦੇ ਦਰਿਆ ਵਿੱਚ ਦੀ ਲੰਘੇ ਸੀ ਤੇ ਉਹ ਕਹਿੰਦੇ ਵੀ ਬੰਦੇ ਕਹਿਣ ਲਈਏ ਉਹ ਕਹਿੰਦੇ ਵੀ ਇੱਕ ਬੰਦਾ ਘਟ ਗਿਆ ਆਪਣਾ ਰਹਿ ਗਿਆ ਵੀ ਇਹ ਕਹਿਣਾ ਸੀ ਆਪਣਾ ਉਹ ਕਹਿੰਦੇ ਆਪਦੇ ਆਪ ਨੂੰ ਗਿਣਿਆ ਨਾ ਬੰਦਾ ਕਹਿੰਦੇ ਆਪਦੇ ਆਪ ਨੂੰ ਗਿਣਿਆ ਨਾ ਕਰਨ ਦੂਜੇ ਨੂੰ ਗਿਣ ਲਿਆ ਕਰਨ ਕਹਿੰਦੇ ਕਰਨ ਇੱਕ ਬੰਦਾ ਘਟ ਗਿਆ ਹਨਾ ਹਾਂਜੀ ਉਹ ਗੱਲ ਉਹ ਇਹ ਵੀ ਆਪਣੇ ਘਰੇ ਵੀ ਅਰਜਨ ਦਾ ਹੀ ਆ ਜੀ ਹਾਂ ਆਪਣੇ ਘਰੇ ਇਹ ਅਰਜਨ ਦਾ ਇਹ ਆਪਣੇ ਘਰੇ ਹੀ ਪੈਦਾ ਹੋਇਆ ਬਾਈ ਨਹੀਂ ਇਹ ਬਾਈ ਆਪਾਂ 7 ਮਹੀਨਿਆਂ ਦਾ ਲਿਆ ਸੀਗਾ ਬੱਚਾ ਜੀ ਅੱਛਾ ਖਰੀਦਿਆ ਸੀ ਹਾਂਜੀ ਖਰੀਦਿਆ ਸੀਗਾ ਆਪਣੇ ਤੇ 7 ਮਹੀਨਿਆਂ ਤੋਂ ਬਾਅਦ ਆਪਣੇ ਘਰੇ ਹੀ ਹਾਂ ਫਿਰ ਆਪਣੇ ਘਰੇ ਜੀ ਤਿਆਰ ਕਰੀ ਜਾਂਦੇ ਹਾਂਜੀ ਹਾਂਜੀ ਹਾਂ ਇਹ ਇਹ ਕਿੱਡਾ ਹੋ ਗਿਆ ਬਾਈ ਇਹਦਾ ਕੱਦ ਕਿੰਨਾ ਹੋਊਗਾ ਇਹ ਬਾਈ ਹੋਊਗਾ 63-64 ਦੇ ਵਿੱਚ ਹੈਗਾ ਜੀ ਇਸ ਟਾਈਮ 63-64 ਦੇ ਵਿੱਚ ਹੈਗਾ ਤੇ ਇਹਦੇ ਤੋਂ ਘੋੜੀਆਂ ਮੀਟ ਕਰਾਈਆਂ ਹਾਂਜੀ ਬਹੁਤ ਚੰਗਾ ਰਿਜ਼ਲਟ ਆ ਗਏ ਇਹਦੇ ਬੱਚੇ ਬਹੁਤ ਆ ਗਏ ਬੱਚੇ ਹਾਂਜੀ ਹਾਂਜੀ ਆ ਗਏ ਉਦੋਂ ਆਪਾਂ ਮੈਨੂੰ ਪਤਾ ਵੀ ਜਦੋਂ ਮੈਂ ਉਦੋਂ ਵੀਡੀਓ ਕਰਕੇ ਗਿਆ ਉਦੋਂ ਇਹਨੂੰ ਛੱਡਣ ਲੱਗੇ ਲੱਗੇ ਹਾਂਜੀ ਹਾਂਜੀ ਉਦੋਂ ਛੱਡਿਆ ਸੀਗਾ ਜੀ ਉਦੋਂ ਛੱਡਣ ਲੱਗੇ ਲੱਗੇ ਆ ਹਾਂਜੀ ਇਹ ਤੇ ਹੁਣ ਚੰਗੇ ਆ ਗਏ ਰਿਜ਼ਲਟ ਇਹਦੀ ਉਮਰ ਕਿੰਨੀ ਹੋ ਗਈ ਆ ਇਹ ਬਈ 4.5 ਸਾਲ ਦਾ ਹੋ ਗਿਆ ਜੀ ਹੁਣ ਇਸ ਟਾਈਮ 4.5 ਸਾਲ ਦਾ ਮਤਲਬ 4 ਦੰਦ ਸਾਰੇ ਦੰਦ ਦੰਦ ਪੂਰੇ ਕਰ ਗਿਆ ਦੰਦ ਪੂਰੇ ਕਰ ਗਿਆ ਜੀ ਹਾਂਜੀ ਪੂਰੇ ਦੰਦ ਪੂਰੇ ਕਰ ਗਿਆ ਹਾਂਜੀ ਠੀਕ ਆ ਤੇ ਇਹਦੀ ਫੀਸ ਦਾ ਤੇ ਉਹਦੀ ਫੀਸ ਦਾ ਕੁਝ ਫਰਕ ਰੱਖਿਆ ਇਹਦੀ ਫੀਸ 11,000 ਆ ਜੀ ਉਹਦੀ ਫੀਸ 25,000 ਕਰਤੀ ਆਪਾਂ ਜੀ ਉਹਦੀ ਫੀਸ ਇਸ ਵਾਰ 25,000 ਕਰਤੀ ਹੈ ਠੀਕ ਆ ਲੈ ਵੀ ਅਰਜਨ ਦੀ ਜਿਹੜੀ ਫੀਸ ਆ ਸੱਜਣੋ ਨੋਟ ਕਰ ਲਓ ਅਰਜਨ ਦੀ ਫੀਸ 25,000 ਆ ਤੇ ਅਰਜਨ ਦੇ ਬੱਚੇ ਦੀ ਫੀਸ ਹੀ ਘਰੇ 11,000 ਹਾਂਜੀ ਵੀ ਜੇ ਕਿਸੇ ਨੇ ਸੱਜਣ ਨੇ 11,000 ਤੇ ਘੋੜਾ ਛਡਾਉਣਾ ਤਾਂ ਹਾਂਜੀ ਫਿਰ ਵੀ ਤੁਹਾਡੇ ਕੋਲੇ ਘੋੜਾ ਹੈਗਾ ਤੇ ਡਾਕਟਰ ਸਾਹਿਬ ਕੌਣ ਆਉਂਦੇ ਡਾਕਟਰ ਸੰਧੂ ਸੁਖਦੇਵ ਸਾਹਿਬ ਆਉਂਦੇ ਆ ਜੀ ਸੁਖਦੇਵ ਡਾਕਟਰ ਹਾਂਜੀ ਫਰੀਦਕੋਟ ਹਾਂਜੀ ਹਾਂਜੀ ਉਹੀ ਆਉਂਦੇ ਆ ਡਾਕਟਰ ਵੀ ਬਹੁਤ ਸਿਆਣੇ ਆ ਹਾਂਜੀ ਹਾਂਜੀ ਬਹੁਤ ਸਿਆਣੇ ਆ ਤਕਰੀਬਨ ਤੇ ਬਾਈ ਜਿਵੇਂ ਘੋੜੀਆਂ ਤਾਂ ਹੁਣ ਤਕਰੀਬਨ ਨੈਤੀ ਚੈੱਕ ਕਰਾਉਣੀਆਂ ਪੈਂਦੀਆਂ ਹੁਣ ਨੈਤੀ ਨੈਤੀ ਆਉਂਦੇ ਆ ਜੀ ਡੇਲੀ ਸਵੇਰ ਦਾ ਟਾਈਮ ਆਪਣੇ ਆਉਂਦਾ ਹੀ ਆਉਂਦੇ ਆ ਜੀ ਅਜੇ ਡਾਕਟਰ ਸਾਹਿਬ ਇੱਥੇ ਹਾਂ ਡੇਲੀ ਆਉਂਦੇ ਆ ਜੀ ਉਹ ਫਿਰ ਘੋੜੀ ਆਇਆ ਨਾ ਚੈੱਕ ਕਰਾ ਕੇ ਆਪਾਂ ਨੂੰ ਫਿਰ ਘੋ ਆਪਾਂ ਬਾਈ ਘੋੜੀ ਮਿਲਾਉਣੇ ਪਹਿਲਾਂ ਜਦੋਂ ਮੰਨ ਲਓ ਚ ਆਉਂਦੀ ਆ ਘੋੜੀ ਉਦੋਂ ਵੀ ਆਪਾਂ ਚੈੱਕ ਕਰਾਉਣੇ ਆ ਮਿਲਾ ਕੇ ਫਿਰ ਦੁਬਾਰਾ ਆਪਾਂ ਚੈੱਕ ਕਰਾਉਣੇ ਘੋੜੀ ਵੀ ਅੰਡਰ ਛੱਡ ਗਈ ਕਿ ਨਹੀਂ ਛੱਡਿਆ ਅੰਡਾ ਜੇ ਡਾਕਟਰ ਸੰਧੂ ਸਾਹਿਬ ਕਹਿਣ ਵੀ 2 ਵਾਰੀ ਘੋੜਾ ਦੇਣਾ 2 ਵਾਰੀ ਦੇਵਾਂਗੇ ਤੇ ਜੇ ਨਹੀਂ ਤਾਂ 1 ਵਾਰੀ ਤੇ ਛੱਡਦੇ ਆ ਜੀ ਆਪਾਂ 1 ਘੋੜਾ ਹੀ ਛੱਡਦੇ ਆ ਹਾਂ ਕੀ ਕਹਿੰਦਾ ਜੀ ਸੋਨੂੰ ਬਾਈ ਉਹ ਬਾਈ ਕੋਲੇ ਸੱਚ ਉਹਦੇ ਕੋਲੇ ਵੀ ਆ ਕੇ ਆਪਣੇ ਬੱਚਾ ਘੋੜੇ ਦਾ ਲੈ ਵੀ ਬੰਦੇ ਰਹਿ ਚਲੇ ਹਰਿਆਣੇ ਦੇ ਜੀ ਹਰਜਾਬ ਕੋਲੇ ਮੈਨੂੰ ਇੰਨਾ ਪਤਾ ਮਗਰੋਂ ਸੋਨੂੰ ਲਾਂਬੇ ਬਹੁਤ ਆਉਣੇ ਆ ਨਹੀਂ ਨਹੀਂ ਉਹ ਬੰਦੇ ਜਿਵੇਂ ਵਿਆਹ ਕਰਕੇ ਹਟ ਗਏ ਤੇ ਮਗਰੋਂ ਨਹੀਂ ਆਪਾਂ ਕਹਿੰਦੇ ਫਲਾਣੇ ਨੇ ਯਾਰ ਮੈਨੂੰ ਕਾਰਡ ਨਹੀਂ ਦਿੱਤਾ ਫਲਾਣੇ ਨੇ ਕਾਰਡ ਨਹੀਂ ਦਿੱਤਾ ਐਂ ਤੁਹਾਨੂੰ ਲਾਂਬੇ ਆਈ ਜਾਣੇ ਆ ਵੀ ਯਾਰ ਕਿੰਨੀ ਤੁਹਾਡੇ ਨਾਲ ਲਿਆ ਯਾਰ ਸਾਡੇ ਵਾਲੇ ਘੋੜੇ ਦਾ ਤੁਸੀਂ ਨਾਂ ਹੀ ਨਹੀਂ ਲਿਆ ਉਹ ਬਸ਼ੇਰਾ ਹਾਂ ਉਹ ਬਸ਼ੇਰਾ ਵੀ ਆਪਣੇ ਤੋਂ ਹੀ ਗਿਆ ਜੀ ਆਪਾਂ ਹੀ ਦਿੱਤਾ ਬਾਈ ਨੂੰ ਹਰਿਆਣੇ 'ਚ ਸਕੀਰਾ ਖੜਾ ਪੈਂਦਾ ਬਾਈ ਇੱਧਰ ਨੂੰ ਚੱਲ ਗਏ ਆਪਾਂ ਮਾੜੇ ਜਿਹੇ ਘੋੜਿਆਂ ਲਈ ਵੀ ਦੇਖ ਲਈਏ ਦੂਜੇ ਘੋੜੇ ਵੀ ਖੜੇ ਆ ਘੋੜੀਆਂ ਵੀ ਖੜੀਆਂ ਸੋਨੂੰ ਬਾਹਲੀ ਬਾਹਲਾ ਫੈਨ ਆ ਜਿਹੜਾ ਉਹ ਪਰੇ ਖੜੀ ਆ ਘੋੜੀ ਉਹ ਵੀ ਤੁਹਾਨੂੰ ਦਿਖਾਊਂਗਾ ਉਹ ਖੜੀ ਆ ਜੀ ਤੇ ਆਹ ਘੋੜੀ ਉਹ ਆ ਵੀ ਜਿਹਦੀ ਅਸੀਂ ਪਿਛਲੇ ਯਾਰ ਫੋਟੋਗ੍ਰਾਫੀ ਕਰਕੇ ਗਏ ਸੀ ਤੇ ਸੋਨੂੰ ਬਾਈ ਮਾੜਾ ਮੋਟਾ ਘੋੜਿਆਂ ਦੀ ਵੇਚ ਖਰੀਦ ਕਰ ਲੈਂਦੇ ਹਾਂ ਹਾਂਜੀ ਕਰ ਲੈਨੇ ਆ ਵਧੀਆ ਮਾੜੀ ਮੋਟੀ ਪੂਰੀ ਕਰ ਲੈਨੇ ਆ ਹਾਂ ਵੀ ਮਾੜਾ ਮੋਟਾ ਇਹਨਾਂ ਨਾਲ ਸੱਜਣਤਾ ਹੀ ਬਣੀ ਰਹਿੰਦੀ ਹੈ ਹਾਂਜੀ 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 ਹਾਂ ਵੀ ਜਿਹੜੇ ਕੁਛ ਘੋੜੇ ਤਾਂ ਹੋਣਗੇ ਜਿਹੜੇ ਪੱਕੇ ਹੀ ਹੋਣਗੇ ਆਪਣੇ ਕੋਲ ਜਿਹੜੇ ਰਹਿਣਗੇ ਹਾਂਜੀ ਜਿਵੇਂ ਅਰਜਨ ਹੋ ਗਿਆ ਆਪਣਾ ਹਨਾ ਹਾਂਜੀ ਹਾਂਜੀ ਤੇ ਕੁਛ ਜਿਹੜੇ ਜਾਨਵਰ ਆ ਉਹਨਾਂ ਦੀ ਵੇਚ ਖਰੀਦ ਕਰ ਲੈਨੇ ਆ ਹਾਂਜੀ ਪਰ ਮੈਨੂੰ ਐਂ ਲੱਗਦਾ ਵੀ ਆਹ ਘੋੜੀ ਵੀ ਆਪਣੇ ਕੋਲੇ ਪੱਕੀ ਰਹਿ ਗਈ ਆ ਹਾਂਜੀ ਇਹ ਤਾਂ ਪੱਕੀ ਆ ਜੀ ਘਰੇ ਰੱਖੀ ਹੈ ਘੋੜੀ ਹਾਂਜੀ ਤਾਂ ਇਹ ਘੋੜੀ ਵੀ ਪੱਕੀ ਹੋ ਰਹਿ ਗਈ ਆ ਪੱਕੀ ਰੱਖੀ ਹੈ ਜੀ ਆ ਪਿਛਲੇ ਜਦੋਂ ਆਏ ਸੀ ਉਦੋਂ ਇਹ ਆਪਣੇ ਫਾਰਮ ਤੇ ਆਈ ਸੀ ਉਦੋਂ ਥੋੜਾ ਟਾਈਮ ਹੀ ਹੋਇਆ ਸੀ ਆਈ ਨੂੰ ਉਦੋਂ ਗੱਬਣ ਸੀ ਥੋੜੇ ਟਾਈਮ ਦੀ ਗੱਬਣ ਸੀ ਉਦੋਂ ਬਛੇਰੀ ਮਲਣ ਦਿੱਤੀ ਹੁਣ ਬਛੇਰੀ ਸੀ ਇਹਨੇ ਦਿੱਤੀ
ਉੱਥੇ ਕਰਨਾਲ ਮਲੂਕੇ ਵਾਲੇ ਦਾ ਅਲਵੰਦ ਦਾ ਹਾਂਜੀ ਪ੍ਰਗਟ ਕੋਲੇ ਸੀਗਾ ਘੋੜਾ ਰਤਨ ਘੋੜਾ ਉਹਦਾ ਨਾਂ ਰਤਨ ਉਹਦੀ ਬੱਚੀ ਸੀਗੀ ਅੱਛਾ ਉਹਦੀ ਬੱਚੀ ਸੀ ਨੌਕਰੀ ਹਾਂਜੀ ਤੇ ਹੁਣ ਹੁਣੇ ਅਰਜਨ ਤੋਂ ਹੁਣੇ ਅਰਜਨ ਤੋਂ ਗੱਬਣਾ ਜੀ ਅਰਜਨ ਤੋਂ ਵੱਡੀ ਬਹੁਤ ਆ ਬਾਈ ਯਾਰ ਘੋੜੀ ਹਨਾ ਜਿੰਨੀ ਉੱਚੀ ਲੰਬੀ ਉਨੀ ਹੋਈ ਹਨਾ ਹਾਂਜੀ ਹਰੇਕ ਪੱਖ ਆ ਯਾਰ ਇਹਦੇ ਵਿੱਚ ਘੋੜੀ ਦੇ ਵਿੱਚ ਹਨਾ ਹਾਂਜੀ ਹਾਂਜੀ ਤੇ ਬੈਠਦੇ ਬੂਠਦੇ ਵੀ ਆ ਨਹੀਂ ਇਹਨਾਂ ਤੇ ਨਹੀਂ ਬੈਠਦੇ ਜੀ ਘੋੜੀਆਂ ਤੇ ਗਰਮੀ ਤੇ ਕਿਤੇ ਅਰਜਨ ਤੇ ਬੈਠਾ ਅਰਜਨ ਤੇ ਇੱਕ ਅੱਧੀ ਰੀ ਬੈਠੇ ਆ ਜੀ ਬੈਠੇ ਵਾਲੇ ਨਹੀਂ ਬੈਠੇ ਜਦੋਂ ਜਦੋਂ ਬੈਠੇ ਆ ਕਿਵੇਂ ਆਈ ਕਰਦਾ ਹੈ ਕਿ ਸਿਆਣਾ ਤੋਂ ਨਹੀਂ ਥੋੜੇ ਜਿਹੀ ਘੱਟ ਕਰਦਾ ਜੀ ਉਦੋਂ ਐਚ ਵੀ ਬਾਲੀ ਨਹੀਂ ਕਰਦਾ ਉਦੋਂ ਥੋੜਾ ਅੱਕਦਾ ਅੱਕ ਕੇ ਬੰਦੇ ਦੀ ਲੱਤ ਫੜਨ ਨੂੰ ਕਰਦਾ ਹੈ ਤੇ ਉਹ ਇੱਕ ਇੱਕ ਗੱਲ ਪਹਿਲੀਆਂ ਦੇ ਵਿੱਚ ਇਹਦੇ ਬਾਰੇ ਚੱਲਦੀ ਸੀਗੀ ਅਰਜਨ ਬਾਰੇ ਗਰਮੀਤ ਵੀ ਇਹ ਯਾਰ ਪੈਂਦਾ ਇਹ ਅੜਬਾ ਇੱਥੇ ਮੈਂ ਦੇਖਿਆ ਵੀ ਇੱਥੇ ਤਾਂ ਕੋਈ ਗੱਲ ਨਹੀਂ ਕਰਦਾ ਪਹਿਲਾਂ ਪੈਂਦਾ ਸੀਗਾ ਜੀ ਹੁਣ ਸਾਡੇ ਨਾਲ ਤਾਂ ਕੋਈ ਚੱਕਰ ਨਹੀਂ ਅਸੀਂ ਤਾਂ ਉਵੇਂ ਤੁਰੇ ਫਿਰਦੇ ਵਿੱਚ ਵੀ ਉਵੇਂ ਜਾਵੜੀ ਦਾ ਖੁੱਲ੍ਹਾ ਫਿਰਦਾ ਹੁੰਦਾ ਜੀ ਕੋਈ ਤੁਹਾਡੇ ਨਾਲ ਜੀ ਸਾਡੇ ਨਾਲ ਤਾਂ ਅੱਜ ਤਾਈਂ ਜਮਾ ਨਹੀਂ ਕਿਸੇ ਵੀ ਵੱਢੂ ਖਾਉਣ ਵਾਲੀ ਗੱਲ ਨਾ ਜੀ ਜਮਾ ਹੀ ਨਹੀਂ ਖੁੱਲ੍ਹੇ ਫਿਰਦੇ ਤਾਂ ਬੰਦਾ ਲੱਦ ਲੁੱਦ ਖਿੱਚਦਾ ਜੀ ਬਾਹਰ ਉਵੇਂ ਪੱਠੇ ਪਾਉਂਦਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੁਹਾਡੇ ਕੋਲ ਨਹੀਂ ਕਦੇ ਉੱਪਰੇ ਬੰਦੇ ਨੂੰ ਪੈਂਦਾ ਜੀ ਜਿਵੇਂ ਉੱਪਰਾ ਬੰਦਾ ਉੱਥੇ ਇਕੱਲਾ ਜਾਵੜਿਆ ਉਹ ਦੋਨੇ ਇੱਕ ਤੋਂ ਦੁੱਧ ਪੀ ਜਾਂਦੇ ਨਾਲੇ ਮਿਹਨਤ ਕਰੀ ਜਾਂਦਾ ਮੈਨੂੰ ਕੋਈ ਆਖੀ ਨਾ ਨਾਲੇ ਦੁੱਧ ਪੀ ਜਾਂਦਾ ਅੱਛਾ ਉਹਦੀ ਮਾਂ ਸੱਦੀ ਜਾਂਦੀ ਸੀ ਉਹ ਕਹਿੰਦੀ ਤੂੰ ਇੱਧਰ ਆ ਗਲਤ ਪਾਸੇ ਉੱਡ ਗਿਆ ਠੀਕ ਹੈ ਬਈ ਫਿਰ ਅਰਜਨ ਦਾ ਮਤਲਬ ਯਾਰ ਸੁਭਾਅ ਇਹ ਬਿਹੇਵੀਅਰ ਚੇਂਜ ਹੋ ਗਿਆ ਹਨਾ ਹਾਂਜੀ ਹਾਂਜੀ ਬਹੁਤ ਫਰਕ ਹੈ ਜੀ ਉੱਪਰੇ ਬੰਦੇ ਨੂੰ ਪੈਂਦਾ ਜੀ ਜਿਵੇਂ ਮੰਨ ਲਓ ਉੱਪਰਾ ਬੰਦਾ ਇਕੱਲਾ ਉੱਥੇ ਜਾਵੜਿਆ ਖੁੱਲ੍ਹਾ ਫਿਰਦਾ ਇਹ ਬਿਨਾਂ ਦੱਸਿਆ ਹੀ ਭੱਜ ਕੇ ਆਉਂਦਾ ਫਿਰ ਤਾਂ ਪੈਂਦਾ ਪੂਰਾ ਜੀ ਕੇਰਾਂ ਤਾਂ ਦਿਖਾਉਂਦਾ ਹਾਂ ਕੇਰਾਂ ਜ਼ੋਰ ਦਿਖਾਉਂਦਾ ਪੂਰਾ ਉੱਪਰੇ ਬੰਦੇ ਨੂੰ ਤਾਂ ਨੇੜੇ ਨਹੀਂ ਲੱਗਣ ਦਿੰਦਾ ਜੀ ਨਹੀਂ ਜਦੋਂ ਮੈਂ ਵੀ ਪਿਛਲੀ ਵਾਰ ਆਇਆ ਹਨਾ ਮੈਂ ਇਹਦਾ ਕੰਡਿਆਲਾ ਫੜਿਆ ਤੇ ਮੇਰੇ ਨਾਲ ਤੁਰਿਆ ਫਿਰਦਾ ਰਿਹਾ ਪਰ ਮੈਨੂੰ ਥੋੜਾ ਜਿਹਾ ਹੁੰਗਰਦਾ ਜਿਹਾ ਰਿਹਾ ਉਦੋਂ ਥੋੜੀ ਕਰਦਾ ਯਾਰ ਹਰੇਕ ਬੰਦੇ ਤੋਂ ਉੱਪਰੀ ਬੰਦੇ ਨੂੰ ਮੇਰਾ ਕੰਡਿਆਲਾ ਕਾ ਤੋਂ ਜਿਵੇਂ ਸਾਡੇ ਦੋਵਾਂ ਤਿੰਨਾਂ ਦੇ ਉੱਤੇ ਜਿਆ ਸੀਗਾ ਜੀ ਉਹ ਤੇ ਤੁਹਾਨੂੰ ਕੋਈ ਨਹੀਂ ਕਰਦਾ ਸਾਨੂੰ ਨਹੀਂ ਕੋ ਕਹਿੰਦਾ ਜੀ ਖੁੱਲਾ ਵੀ ਫਿਰਦਾ ਵਲਗਣ ਚ ਫਿਰਦਾ ਪੈੜ ਕੇ ਚ ਬਾਹਰੋਂ ਫੜ ਲਈਦਾ ਉਵੇਂ ਉਵੇਂ ਫੜ ਲੈਂਦਾ ਹਾਂਜੀ ਉਵੇਂ ਫੜ ਲਈਦਾ ਲਗਾਮ ਬਾ ਆਹਾ ਘੋੜੀ ਬਾਈ ਇਹ ਵੀ ਘੋੜੀ ਬਾਈ ਆਪਾਂ ਪੱਕੀ ਘਰੇ ਰੱਖੀ ਇਹ ਵੀ ਗੱਬਣ ਅਰਜਨ ਤੋਂ ਇਹ ਵੀ ਵੱਡੀ ਆ ਬਾਈ ਹਾਂਜੀ ਇਹ ਬਾਹਰ ਨਹੀਂ ਕੱਢੀ ਹਨਾ ਆਪਾਂ ਨਹੀਂ ਇਹ ਨਹੀਂ ਕੱਢੀ ਇਹਦੀ ਵੀਡੀਓ ਨਹੀਂ ਬਣਾਈ ਆਪਾਂ ਨਹੀਂ ਇਹ ਨਹੀਂ ਬਣਾਈ ਇਹ ਵੀ ਗੱਬਣ ਆ ਘੋੜੀ ਆ ਹਾਂਜੀ ਇਹ ਵੀ ਗੱਬਣ ਆ ਜੀ ਇਹ ਵੀ ਵੱਡੀ ਆ ਘੋੜੀ ਘੋੜੀਆਂ ਤਕਰੀਬਨ ਤਕਰੀਬਨ ਗਰਮੀ ਤਾਂ ਬਾਈ ਤੇਰੀਆਂ ਘੋੜਿਆਂ ਨਾਲੋਂ ਵੀ ਵੱਡੀਆਂ ਰੱਖੀਆਂ ਤੇਰੀਆਂ ਘੋੜੀਆਂ ਬਾਈ ਆ ਸਾਰੇ ਆ ਘੋੜੀ ਤਾਂ ਆਪਾਂ ਹੋਣੀ ਲਈ ਸੀ ਥੋੜਾ ਟਾਈਮ ਪਹਿਲਾਂ ਉਹ ਘੋੜੀ ਦਾ ਕਿੰਨਾ ਕੱਦ ਹੋ ਉਹਦਾ ਵੀ ਮੇਰੇ ਹਿਸਾਬ ਨਾਲ 64 ਇੰਚ ਤੋਂ ਬਾਹਰ ਹੈਗੀ ਆ ਜੀ ਇੰਨੀ ਹੈਗੀ ਹਨਾ ਹਾਂਜੀ ਹਾਂਜੀ ਤੇ ਆ ਵੀ ਘੋੜੀ ਉੱਡੀ ਹੋਈ ਲੱਗਦੀ ਹੈ ਮੈਨੂੰ ਤਾਂ 63-64 ਇੰਚ ਇਹ ਥੋੜਾ ਕਣਾ ਫਰਕ ਹੈ ਜੀ ਉਹਦੇ ਨਾਲ ਪਰ ਇਹ ਘੋੜੀ ਦੀ ਲੈਂਥ ਲੁੰਥ ਜਿਵੇਂ ਵੀ ਧੌਣ ਧੂਣ ਗਰਦਨ ਗੁਰਦਨ ਦੀ ਬਹੁਤ ਚੰਗੀ ਹੈ ਜੀ ਘੋੜੀ ਹਾਂ ਉਹ ਵੀ ਤੇ ਆ ਵੀ ਘੋੜੀ ਬਹੁਤ ਉੱਚੀ ਆ ਹਾਂਜੀ ਇਹ ਘੋੜੀ ਹੈਗੀ ਆ ਜੀ ਉਹਦੇ ਜਿੱਡੀ ਇਹ ਵੀ ਘੋੜੀ ਇਹ ਵੀ 63-64 ਇੰਚ ਦੀ ਘੋੜੀ ਆ ਤੇ ਇਹਦੇ ਮਗਰਲੇ ਪਾਸੇ ਜਿਹੜਾ ਉਹ ਬਸ਼ੇਰਾ ਫਿਰਦਾ ਉਹ ਅਰਜਨ ਦਾ ਹੀ ਆ ਨਹੀਂ ਇਹ ਅਰਜਨ ਦਾ ਪੋਤਾ ਜੀ ਇਹ ਅਰਜਨ ਦਾ ਪੋਤਾ ਹਾਂਜੀ ਇਹ ਸੇਖੇ ਘੋੜਾ ਜਿਹੜਾ ਜੀ ਹਾਂਜੀ ਉਹਦਾ ਬੱਚਾ ਜੀ ਅੱਛਾ ਉਹਦਾ ਬੱਚਾ ਇਹ ਘੋੜੀ ਆਪਾਂ ਗੱਬਣ ਲਈ ਸੀ ਹੁਣ ਆਪਣੇ ਅਰਜਨ ਤੋਂ ਮਲਾਈ ਹੋਈ ਹੈ ਘੋੜੀ ਹੁਣ ਅਰਜਨ ਤੋਂ ਮਲਾਈ ਹੋਈ ਆ ਤੇ ਉਹ ਬਸ਼ੇਰਾ ਤਕੜਾ ਕਰਕੇ ਦੇਵੋਗੇ ਹਾਂਜੀ ਉਹ ਕੋਈ ਨਹੀਂ ਹਜੇ ਸਾਂਭਦੇ ਪਾਲਦੇ ਆ ਦੇਖ ਲਾਂ ਕੋਈ ਜੇ ਕੋਈ ਚੰਗੇ ਪੈਸੇ ਇੱਕ ਇੱਕ ਇਹਦੇ ਆ ਘੋੜੀ ਆ ਇਹ ਵੀ ਸੂਈ ਦੀ ਆ ਹਾਂਜੀ ਇਹ ਕੁੜੀ ਇਹ ਅਰਜਨ ਦਾ ਬੱਚਾ ਜੀ ਇਹ ਅਰਜਨ ਦਾ ਤੇ ਇਹ ਇਹ ਉਧਰ ਦੁੱਧ ਪੀ ਗਿਆ ਚੱਲ ਹੁਣ ਚੱਲ ਤੈਨੂੰ ਦੱਸੇ ਪਤਾ ਤੈਨੂੰ ਲੈ ਆਪਣੇ ਆਖੇ ਲੱਗ ਗਿਆ ਲੈ ਆਖੇ ਲਾ ਕੇ ਲੈ ਉਹ ਕੁਛ ਨਹੀਂ ਉਹ ਕਹਿੰਦੀ ਨਹੀਂ ਕਿ ਕੁਛ ਦੇਖੇ ਅੱਛਾ ਆ ਹੁਣ ਵੀ ਅਰਜਨ ਤੋਂ ਹੀ ਆ ਇਹ ਮਲਾਈ ਵੀ ਆਈ ਅਰਜਨ ਤੋਂ ਹਜੇ ਚੈੱਕ ਨਹੀਂ ਹੋਈਗੀ ਹਾਂ ਮਲਾ ਦੀ ਉਹ ਤੇ ਆ ਆ ਗਈ ਲੈ ਵੀ ਸੋਨੂ ਦੀ ਫੇਵਰਿਟ ਇਹ ਇਹਦੀ ਫੇਵਰਿਟ ਘੋੜੀ ਆ ਜੀ ਸੋਨੂ ਦੀ ਫੇਵਰਿਟ ਘੋੜੀ ਆ ਗਈ ਕਿਸੇ ਘੋੜੀ ਨੂੰ ਵੇਖੇ ਨਾ ਵੇਖੇ ਇਹਨੂੰ ਜਫੀ ਜ਼ਰੂਰ ਪਾਉਣੀ ਨੇ ਜਾ ਕੇ ਅੰਦਰ ਖੁੱਲੀ ਬਾਈ ਹਾਂਜੀ ਨਹੀਂ ਸੋਨੂ ਬਾਈ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੇ ਦਿਲ ਦੇ ਨੇੜੇ ਹੁੰਦੀਆਂ ਹਨ ਦਿਲ ਲੱਗੀ ਵੀ ਇਹ ਗੱਲ ਹੁੰਦੀ ਬਈ ਨਾ ਸਿਆਣੀ ਬਹੁਤ ਆ ਜੀ ਜਿਵੇਂ ਮਰਜ਼ੀ ਭਵਾਂ ਜਵਾਕ ਆ ਜੇ ਮਗਰ ਇਹਦੇ ਖੁੱਲੀ ਫਿਰਦੀ ਆ ਜਿਵੇਂ ਮਰਜ਼ੀ ਇਹਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਸੋਨੂ ਬਾਈ ਨੇ ਆਖਿਆ ਕਹਿੰਦਾ ਵੀ ਬਾਈ ਮੇਰੀ ਵੀਡੀਓ ਤਾਂ ਕਹਿੰਦਾ ਇਹਦੇ ਨਾਲ ਬਣਾ ਦਿਓ ਯਾਰ ਕਹਿੰਦਾ ਤੁਸੀਂ ਕੋਈ ਗੱਲ ਨਹੀਂ ਅਰਜਨ ਨਾਲ ਭਾਵੇਂ ਨਾ ਬਣਾਓ ਮੇਰੀ ਇਹਦੇ ਨਾਲ ਬਣਾ ਦਿਓ ਕਹਿੰਦਾ ਸੋਨੂ ਬਾਈ ਕਹਿੰਦਾ ਇਹ ਸੋਨੂ ਬਾਈ ਮੈਂ ਤਾਂ ਦੱਸਦਾ ਵੀ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਆਪਣੇ ਮੇਰੇ ਘਰ ਜੁਗਣੀ ਆ ਬਸ਼ੇਰੀ ਉਹਦੇ ਨਾਲ ਬਸ ਮੇਰਾ ਐਂ ਆ ਵੀ ਜਦੋਂ ਹੁਣ ਮੈਂ ਜਾਵਾਂ ਹਨੇਰਾ ਹੋ ਜੇ 10 ਵੱਜ ਜਾਣ ਇੱਕ ਵਾਰੀ ਮੈਂ ਉਹਦੇ ਕੋਲ ਜਾਣਾ ਹੀ ਜਾਣਾ ਹਾਂਜੀ ਸਵੇਰੋਂ ਉਹਨੂੰ ਮਿਲ ਕੇ ਆਉਣਾ ਹੀ ਆਉਣਾ ਠੀਕ ਹੈ ਜੀ ਬਸ਼ੇਰੀ ਨਾਲ ਅਤੇ ਹੁਣ ਤੱਕ ਕਾਲੀ ਤੋਂ ਬਾਅਦ 2 ਘੋੜੀਆਂ ਸਿਰਫ ਇਸ ਕਰਕੇ ਹੀ ਦੇਤੀਆਂ ਠੀਕ ਹੈ ਵੀ ਉਹ ਜੁਗਨੀ ਨੂੰ ਵੜਦੀਆਂ ਸੀ ਜੁਗਨੀ ਦੇ ਲੱਤ ਮਾਰਦੀਆਂ ਸੀ ਠੀਕ ਹੈ ਜੀ ਹੋਰ ਕੋਈ ਕੰਡੀਸ਼ਨ ਨਹੀਂ ਸੀ ਉਹਨਾਂ ਨੂੰ ਕਿਹਾ ਵੀ ਚਲੋ ਭਾਈ ਜੇ ਤੂੰ ਸਾਡੀ ਜੁਗਨੀ ਦੇ ਲੱਤ ਮਾਰਨੀ ਹੈ ਤਾਂ ਘਰੋਂ ਚੱਲ ਠੀਕ ਹੈ ਜਿਹੜੀ ਘੋੜੀ ਜੁਗਨੀ ਨੂੰ ਇੱਜ਼ਤ ਦੇਣ ਲੱਗ ਗਈ ਉਹਨੂੰ ਰੱਖ ਲਿਆ ਸਹੀ ਬਸ ਇੱਕੋ ਹੀ ਕੰਡੀਸ਼ਨ ਤੇ ਰੱਖ ਲਈ ਬਿਕੋਜ਼ ਜਾਨਵਰਾਂ ਨਾਲ ਆਪਣਾ ਐਵੇਂ ਹੁੰਦਾ ਹੈ ਨਾ ਹਾਂਜੀ ਹਾਂਜੀ ਤੇ ਆਪਾਂ ਮਿੱਤਰਾਂ ਨੂੰ ਮਿਲ ਲਈਏ ਇਹ ਬਈ ਆਪਣਾ ਦੂਜਾ ਮਲੂਕੇ ਵਾਲੇ ਘੋੜੇ ਅਲਵੰਦ ਤੋਂ ਗੱਬਣ ਅਲਵੰਦ ਤੋਂ ਗੱਬਣ ਤੇ ਅਲਵੰਦ ਘੋੜਾ ਬਹੁਤ ਵੱਡਾ ਹਾਂਜੀ ਬਹੁਤ ਵੱਡਾ ਇਹ
ਸਾਹੋ ਵਾਲੇ ਘੋੜੇ ਦੀ ਡਾਇਰੈਕਟ ਹੈ ਜੀ? ਹਾਂ ਡਾਇਰੈਕਟ ਆ ਜੀ। ਅੱਛਾ ਇਹਦੀ ਉਮਰ ਇੰਨੀ ਆ? ਇਹ 2 ਸੂਏ ਸੂਈ ਹੈ ਜੀ ਇਹਦੂ ਪਹਿਲਾਂ। ਤੇ ਹੁਣ ਫਿਰ ਗੱਬਣ ਹੋਈ ਵੀ ਆਈ ਉਤੋਂ। ਮਲੂਕੇ ਵਾਲਾ ਯਾਰ ਅਲਵੰਦ ਘੋੜਾ, ਮੈਂ ਉਹਦੀ ਵੀਡੀਓ ਵੀ ਕਰੂੰਗਾ। ਮਲੂਕੇ ਵਾਲਾ ਅਲਵੰਦ ਘੋੜਾ ਵੀ ਹਾਥੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵੱਡਾ ਘੋੜਾ ਉਹ ਆ ਜਿਹਦਾ ਐਡਾ ਵੱਡਾ ਪੈਰ ਆ ਘੋੜੇ ਦਾ, ਬਹੁਤ ਵੱਡਾ ਪੈਰ ਆ ਜੀ। ਤੇ ਉਹ ਹੈਗਾ ਬਾਈ ਮਿੰਟੂ ਕੋਲੇ ਹੁੰਦਾ ਸੀ ਅਰਜਨ ਘੋੜਾ। ਹਾਂ ਅਰਜਨ ਦਾ ਜੀ, ਦਲਸ਼ੇਰ ਕਾਕੀ ਦਾ ਭਰਾ। ਹਾਂਜੀ ਸਕਾ ਭਰਾ ਉਹਦਾ, ਇੱਕ ਕੋਰ ਸਿੰਗਲ ਤੇ ਇੱਕ ਕੋਰ, ਤਿੰਨੇ ਭੈਣ ਭਰਾ। ਇਹ ਤਿੰਨੇ ਆਪਾਂ ਬਾਈ ਮਿੱਤਰਾਂ ਨੂੰ ਵੀ ਮਿਲ ਲਈਏ ਤੇ ਨਾਲ ਬਾਈ ਸੱਚ ਬਾਈ ਸਰਬਾ ਮਾਰ ਲੈਂਦਾ ਰੋਲੀ ਵਾਲਾ ਗੇੜਾ? ਹਾਂਜੀ ਹਾਂਜੀ ਉਹ ਆ ਹੀ ਜਾਂਦੇ ਆ ਜੀ ਗੇੜਾ ਮਾਰ ਹੀ ਲੈਂਦੇ। ਉੱਥੇ ਉੱਥੇ ਕਿੰਨੇ ਜਾਨਵਰ ਆ ਬਾਈ? ਉੱਥੇ ਹੈਗੇ ਆ ਜੀ 9-10 ਜਾਨਵਰ ਆ ਜੀ ਉੱਥੇ, ਸਾਰੇ ਕੁੱਲ ਮਿਲਾ ਕੇ ਸਾਰੇ ਜੀ ਆਪਣੇ ਕੋਲ ਟੋਟਲ 9-10 ਆ। 9-10 ਤਾਂ ਇੱਥੇ ਖੜੇ ਆ, 9-10 ਹੀ ਉੱਥੇ ਆ ਜੀ, 9-10 ਉੱਥੇ ਆ। ਹਾਂਜੀ ਹਾਂਜੀ। ਅੱਛਾ ਬਾਈ ਹੁਣਾਂ ਦੇ ਨਾਲ ਇਕੱਠੇ ਹੀ ਕੰਮ? ਹਾਂ ਇਕੱਠੇ, ਇੱਕੋ ਗੱਲ ਹੀ ਆ ਜੀ ਸਾਡੀ, ਕੋਈ ਉਪਰੀ ਗੱਲ ਹੀ ਨਹੀਂ ਗੀ, ਉੱਥੋਂ ਵਾਲੇ ਜਾਨਵਰ ਆ ਇੱਥੋਂ ਵਾਲੇ ਇੱਕੋ ਗੱਲ ਹੀ ਆ ਜੀ। ਤੇ ਬਾਈ ਸਰਬਾ ਰੌਲੀ ਵਾਲਾ ਉੱਥੇ ਵੀ ਤੁਸੀਂ ਇਕੱਠੇ ਹੀ ਹੁੰਦੇ ਆ? ਹਾਂ ਇੱਕੋ ਗੱਲ ਹੀ ਆ ਜੀ ਸਾਡੀ, ਮੇਲੇ ਤੇ ਵੀ ਅਸੀਂ ਇਕੱਠੇ ਹੀ ਹੁੰਦੇ ਜਾਨਵਰ, ਉੱਥੇ ਵੀ ਸਾਡੇ ਇਕੱਠੇ ਹੀ ਹੁੰਦੇ ਆ ਜੀ। ਤੇ ਬਾਈ ਸਰਬੇ ਕੋਲੇ ਵੀ ਇੱਕ ਘੋੜਾ ਉੱਥੇ ਵੀ ਤੁਹਾਡੇ ਕੋਲੇ ਫਾਰਮ ਤੇ? ਹਾਂਜੀ ਹਾਂਜੀ ਰੌਲੀ ਵਾਲੇ ਫਾਰਮ ਤੇ ਵੀ ਉੱਥੇ ਸਖਬਾਜ ਹੈਗਾ ਜੀ। ਹਾਂਜੀ ਹਾਂ ਇੱਕ ਘੋੜਾ ਉੱਥੇ ਆ ਹਨਾ। ਹਾਂਜੀ ਤੇ ਬਾਈ ਇੱਕ ਸੱਚ ਮੈਨੂੰ ਯਾਰ ਇੱਕ ਗੱਲ ਰਹਿ ਗਈ, ਫੀਸ ਤਾਂ ਹੋ ਗਈ 25,000? ਹਾਂਜੀ 25 ਹੋ ਗਈ। ਤੇ ਇਹਦੇ 'ਚ ਜਿਵੇਂ ਆਪਾਂ ਇਹ ਹੁੰਦਾ ਵੀ ਬਾਈ ਚਾਂਸ ਯਾਰ ਘੋੜੀ ਫਿਰ ਜੇ? ਹਾਂਜੀ ਉਹ ਬਾਈ ਇਉਂ ਆ ਵੀ ਗੱਲ, ਜਿਵੇਂ ਆਪਾਂ ਪਹਿਲਾਂ ਘੋੜੀ ਮਿਲਾਤੀ ਪਰਚੀ ਤੇ ਆਪਣਾ ਸਲਿੱਪ ਕੱਟ ਕੇ ਦਿੰਦੇ, ਉਹ ਤੇ ਆਪਣਾ ਲਿਖਿਆ ਵੀ ਹੁੰਦਾ ਵੀ ਆਪਾਂ 3 ਮਹੀਨਿਆਂ ਦੇ ਵਿੱਚ ਘੋੜਾ ਦੂਰੀ ਵਾਰੀ ਛੱਡਾਂਗੇ ਵੀ ਆਪਾਂ ਨੂੰ ਕਨਫਰਮ ਕਰਨ ਬੰਦੇ ਵੀ ਘੋੜੀ ਖਾਲੀ ਆ ਜਾਂ ਗੱਬਣ 3 ਮਹੀਨੇ ਦੇ ਵਿੱਚ? ਹਾਂ 3 ਮਹੀਨੇ ਦੇ ਵਿੱਚ। ਕਈ ਵਾਰੀ ਘੋੜੀ ਹੀਟ ਨਹੀਂ ਕੱਢਦੀ, 2 ਮਹੀਨੇ ਲੈ ਜਾਂਦੀ, 1.5 ਲੈ ਜਾਂਦੀ, ਉਹ ਆਪਾਂ ਨੂੰ ਬੰਦਾ ਦੱਸ ਦੇਵੇ ਬਈ ਮੇਰੀ ਘੋੜੀ ਨੇ ਹੀਟ ਨਹੀਂ ਕੱਢੀ ਵੀ ਖਾਲੀ ਆ ਜਾਂ ਗੱਬਣ ਚੈੱਕ ਕਰਾ ਲਈ ਕਿ ਨਹੀਂ ਕਰਾਲੀ। ਉਹ ਜੇ ਆਪਾਂ ਨੂੰ ਦੱਸੂਗਾ ਵੀ 3 ਮਹੀਨਿਆਂ ਤੋਂ ਵਿੱਚ ਘੋੜੀ ਹੀਟ ਕੱਢਿਆ ਹੀ ਮਿਲਾ ਦੇਵਾਂਗੇ, ਉਦੋਂ ਬਾਅਦ 'ਚੋਂ ਨਹੀਂ ਆਪਾਂ ਮਿਲਾਉਂਦੇ, 3 ਮਹੀਨੇ ਵਿੱਚ 2 ਵਾਰੀ ਘੋੜਾ ਛੱਡਾਂਗੇ। ਠੀਕ ਆ ਜੀ, ਠੀਕ ਆ। ਹਾਂਜੀ ਠੀਕ ਆ। ਤੇ ਲੈ ਵੀ ਸੱਜਣ ਆਪਾਂ ਸਾਰੇ ਮਿਲਾ ਦਈਏ, ਸਾਰੇ ਬੈਠੇ ਆ। ਹਾਂਜੀ ਅੱਜ ਅਸੀਂ ਡਰੋਨ ਨਾਲ ਸੀਨ ਲੈਣ ਲੱਗੇ ਸੀ, ਡਰੋਨ ਮਾਰਿਆ ਸਫੈਦਿਆਂ 'ਚ, ਉਹ ਵੀ ਤੁਹਾਨੂੰ ਮੈਂ ਦੱਸੂਗਾ ਬਾਅਦ ਦੇ ਵਿੱਚ ਕਹਾਣੀ, ਉਹਨੂੰ ਵੀ ਅਸੀਂ ਸੂਤਸਾਤ ਕਰਾਉਣਾ। ਆ ਮੇਰਾ ਪੁੱਤ ਮੈਨੂੰ ਦੇਖ ਕੇ ਹੱਸਦਾ ਸੀ, ਤੇਰੇ ਜੁੱਬੇ ਲੱਗਣਾ ਡਰੋਨ। ਠੀਕ ਆ ਠੀਕ ਆ। ਆਹ ਕੀ ਖਾਂਦਾ ਸੀ? ਕੀ ਖਾਂਦਾ ਸੀ? ਪੌਪਕੋਰਨ ਖਾਂਦਾ। ਤੇ ਘੋੜਾ ਤੈਨੂੰ ਕਿਹੜਾ ਸੋਹਣਾ ਲੱਗਦਾ ਸਾਰਿਆਂ ਨੂੰ? ਚੱਲ ਮੈਨੂੰ ਜਾ ਕੇ ਇੱਧਰ ਛੱਡ, ਆਹ ਛੱਡ ਦੇ, ਆਹ ਛੱਡ ਦੇ, ਆ ਜਾ ਆ ਜਾ, ਮੈਂ ਦੱਸ ਗਿਆ ਰੋਂਦਾ ਨਹੀਂ ਚੱਕਦਾ, ਆ ਜਾ ਘੋੜੇ ਕੋਲ ਚੱਲ, ਆ ਜਾ ਘੋੜੇ ਕੋਲ, ਉਹ ਰੋਂਦਾ ਓਏ ਜਿਹੜਾ ਵਾਲਾ ਜਿਹੜੇ ਵੰਦਾ ਉਹ ਮਸਾਂ, ਉਹ ਨਹੀਂ ਜਾਂਦਾ ਨਹੀਂ ਜਾਂਦਾ, ਓਏ ਨਹੀਂ ਜਾਂਦਾ, ਆ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ, ਆ ਜਾ ਨਹੀਂ ਜਾਂਦਾ, ਚੱਲ ਆ ਜਾ, ਆ ਜਾ ਤੋੜ ਕੇ ਦਾ ਦੇ ਜਿਹੜਾ ਉਹ ਘੋੜਾ ਨਾ ਜਿਹਦਾ ਬੱਚਾ ਹੈ ਗਿਆ, ਉਹ ਮੇਰੇ ਫੇਵਰੇਟ ਆ, ਆ ਆ ਜਿਹੜਾ ਨਿੱਕਾ ਆ ਇਧਰ ਪ੍ਰੀਤ, ਇਹਨੂੰ ਦਿਖਾ, ਇਹਨੂੰ ਇਹਨੂੰ ਦਿਖਾ, ਆ ਦੇਖ ਕਿਹੜਾ ਕਿਹੜਾ, ਦੱਸੀ ਦੇ ਕਿਹੜਾ, ਦੱਸ ਮੈਨੂੰ ਕਿਹੜਾ, ਜਿਹੜਾ ਉਹ ਵਾਲਾ ਹੈਗਾ ਨਾ ਜਿਹੜਾ ਨਿੱਕਾ ਬੱਚਾ ਜਿੰਦਾ ਬੱਚਾ ਨਾ ਗੇਟ ਅੰਦਰ ਦਿਖ ਰਿਹਾ ਨਾ, ਉਹ ਵਾਲਾ ਮੈਨੂੰ ਪਸੰਦ ਆ, ਔਰ ਜਿਹੜਾ ਜਿਹੜਾ ਉਹ ਵਾਲਾ ਹੁੰਦਾ ਵੀ ਬੱਚਾ ਮੈਨੂੰ ਪਸੰਦ ਆ। ਅੱਛਾ ਦੋਨੇ ਬੱਚੇ ਪਸੰਦ ਆ? ਹਾਂ ਦੋਨੇ ਬੱਚਿਆਂ ਦੀ ਤਾਂ ਵੱਡੇ ਵਾਲੇ ਦੀ, ਤੇ ਤੇਰੇ ਪਾਪੇ ਨੇ ਤਾਂ ਮੇਰੇ ਨਾਲ ਗੱਲ ਕਰ ਲਈ, ਦੋਨੇ ਬੱਚੇ ਮੈਂ ਲੈ ਕੇ ਜਾਣੇ ਆ, ਹਾਂ ਲੈ ਕੇ ਜਾਣੇ ਆ ਮੈਂ। ਦੱਸ ਪੁੱਤ ਕਿਹੜਾ ਬੱਚਾ ਮੈਂ ਲੈ ਜਾਂ, ਦੱਸ ਮੈਨੂੰ ਕਿਹੜਾ ਲੈ ਕੇ ਜਾਵਾਂ ਮੈਂ, ਉਹ ਲੈ ਜਾ ਉਹ ਲੈ ਜਾ, ਉਹ ਗੰਦਾ ਬੱਚਾ ਡੋਗੂ ਨਾ, ਜੈਕ ਦੇ ਦਈਏ ਆਪਾਂ, ਜੈਕ ਦੇ ਦਿੰਦੇ ਹਨਾ, ਜੈਕ ਦੇ ਦਿੰਦੇ, ਇਹ ਜਿੰਨਾ ਸੋਹਣਾ, ਤੇ ਇਹ ਜੈਕ ਕਿੱਥੇ ਆਪਣਾ ਜੈਕ, ਚੱਲ ਚੱਲ ਜੈਕ ਕੋਲ ਚਲੇ ਗਿਆ, ਜੈਕ ਆ ਜਾ, ਜੈਕ ਆ ਜਾ, ਜੈਕ ਤੇ ਖਾ ਜਾ ਇਹਨੂੰ, ਆ ਦੇ ਇਹ ਆ ਸੀ, ਹਾਏ 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 ਹਾਏ, ਇਹਦਾ ਨਾ ਜੈਕ ਆ, ਕੁਰਸੀ ਚੱਕ ਲਈ ਉਹ ਕੁੜੀ ਦੀ ਤੂੰ, ਆ ਪੁੱਤ ਆ ਜਾ, ਇਹ ਨਹੀਂ ਲੈਣੀ, ਸੋਹਣੀ ਕੁਰਸੀ, ਆਹ ਲੈਣੀ ਆ, ਇੱਥੇ ਰਾ ਇੱਥੇ ਲਾ ਬਰਾਬਰ ਪ੍ਰੀਤ, ਇਹ ਨਹੀਂ ਲੈਣੀ, ਲੈ ਉਹ ਲੈਣੀ ਆ ਕੁਰਸੀ, ਕਿਹੜੀ ਲੈਣੀ ਆ, ਆਹ ਲੈਣੀ ਆ, ਸੋਹਣੀ ਆਹਾ ਜ਼ਿਆਦਾ ਸੋਨੂੰ ਬਾਈ ਕੁਰਸੀ ਹੈ ਨਾ, ਚੱਲ ਸੋਹਣੀ ਉਹਨੂੰ ਗੰਦੀ ਕੁਰਸੀ ਦੇਤੀ ਆਪਾਂ, ਆਹ ਸੋਹਣੀ ਲੈ ਲਈ, ਚੱਲ ਨਾ ਨਾ ਆਹ ਆਹ ਸੋਹਣੀ ਆ, ਆਹ ਆਹ ਨਹੀਂ ਸੋਹਣੀ ਤਾਂ ਲਿਬੜੀ ਪਈ ਹੈ, ਆਹ ਸੋਹਣੀ ਤਾਂ ਸੋਹਣੀ ਸੋਹਣੀ, ਆਹੋ ਸੋਹਣੀ ਆ, ਆਹ ਗੰਦੀ ਆਹੋ, ਠੀਕ ਆ ਸਹੀ ਆ, ਲੈ ਵੀ ਲੜਾ ਤੇ ਸੀ ਉਹ, ਆਪਾਂ ਲੜਾ ਤੇ ਸੀ ਚੂਹੇ ਜੇ, ਤੇ ਆਹ ਵੀਰਾ
ਇਹ ਬਾਈ ਹਰਿਆਣੇ ਤੋਂ ਆਇਆ ਜੀ ਇਹਦਾ ਸਕੇਰਾ ਕਿਹੜਾ ਪਿੰਡ ਆ ਤੇ ਆਪਣੇ ਕੋਲੋਂ ਹੀ ਮਸ਼ੀਰਾ ਲਿਆ ਸੀ ਅਰਜਨ ਦਾ ਬੱਚਾ ਹੀ ਅੱਛਾ ਜੀ ਅੱਛਾ ਜੀ ਤੇ ਇਹ ਇਹ ਬੰਦੇ ਬਾਈ ਕੋਲੇ ਵੀ ਘੋੜਾ ਹਾਂ ਇਹਦੇ ਕੋਲੇ ਘੋੜਾ ਵੀ ਦੋ ਤਿੰਨ ਘੋੜੀਆਂ ਵੀ ਹੈਗੀਆਂ ਠੀਕ ਹੈ ਬਾਈ ਜੀ ਤੇ ਇਹ ਵੀਰਾ ਮਿਲਣ ਨਹੀਂ ਆਇਆ ਮਤਲਬ ਨਹੀਂ ਆ ਪਛ ਬੈਠਲੀ ਸੱਦਿਆ ਹੈਗਾ ਵੀਡੀਓ ਸੱਦਿਆ ਹੀ ਆ ਵੀਡੀਓ ਮੰਨਦੀ ਹੋਈ ਦੇਖਦੇ ਇਹਨੇ ਵੀ ਕਹਿੰਦਾ ਵੀਡੀਓ ਕਰਾਉਣੀ ਹੈ ਮੈਂ ਕਿਹਾ ਪਹਿਲਾਂ ਤੂੰ ਇੱਥੇ ਆ ਜਾ ਆਪਾਂ ਇਹ ਕਰਦੇ ਪਹਿਲਾਂ ਦੇਖ ਲੈ ਚਾਲੇ ਜੇ ਪੈ ਜਾ ਹਾਂ ਫੇਰ ਕਰਾ ਲਾਂਗੇ ਵੀ ਕੰਨਾਂ ਪਾਉਂਦੇ ਸੀ ਤੇ ਆਪਾਂ ਅਸਲ ਦੇ ਵਿੱਚ ਚੱਲ ਮੈਨੂੰ ਪਹਿਲਾਂ ਦੱਸਣਾ ਸੀ ਫਿਰ ਮੈਂ ਮਾੜਾ ਜਿਹਾ ਚਾਜਰਾ ਪਾ ਲੈਣਾ ਨਹੀਂ ਨਹੀਂ ਕੋਈ ਨਹੀਂ ਆਪਾਂ ਕਰਨੀ ਹੈ ਵੀਡੀਓ ਦੀ ਠੀਕ ਆ ਤੇ ਆ ਵੀਰਾ ਇਹ ਬਾਈ ਵੀ ਪਿੰਡੋਂ ਹੀ ਆ ਭਰਾ ਹੀ ਆਪਣਾ ਠੀਕ ਆ ਹਾਂਜੀ ਤੇ ਆ ਬਾਈ ਇਹ ਵੀ ਪਿੰਡੋਂ ਹੀ ਆ ਮੁੰਡਾ ਇਹ ਵੀ ਭਰਾ ਹੀ ਆ ਜੀ ਠੀਕ ਆ ਇੱਥੋਂ ਹੀ ਹਾਂ ਹਾਂ ਆਪਣੇ ਪਿੰਡੋਂ ਹੀ ਆ ਇਹ ਡਾਕਟਰ ਜੀ ਆ ਜੀ ਇਹਨਾਂ ਦਾ ਮੈਡੀਕਲ ਆ ਇੱਥੇ ਆਪਣੇ ਪਿੰਡ ਆਪਣੇ ਪਿੰਡ ਹੀ ਆ ਜੀ ਇਹ ਆਪਣੇ ਲਈ ਜਦੋਂ ਮਰਜ਼ੀ ਆਪਾਂ ਭਾਵੇਂ ਰਾਤ ਨੂੰ 2 ਵਜੇ 12 ਵਜੇ ਜਦੋਂ ਮਰਜ਼ੀ ਆਵਾਜ਼ ਮਾਰ ਲਈ ਹਾਜ਼ਰ ਹੁੰਦਾ ਜੀ 10 ਮਿੰਟ ਦੇ ਵਿੱਚ ਆ ਜੀ ਤੇ ਸਾਰਿਆਂ ਨੂੰ ਵੱਡੀ ਲੋੜ ਹੀ ਬਾਈ ਘੋੜੇ ਵਾਲੇ ਨੂੰ ਹਾਂ ਆਪਾਂ ਨੂੰ ਮੈਡੀਕਲ ਵਾਲੇ ਦੀ ਹੁੰਦੀ ਹੈ ਹਨਾ ਜਦੋਂ ਫੋਨ ਲਾ ਲਈਏ ਉਦੋਂ ਹੀ ਇਹ ਤਾਂ ਬਸ ਹਾਜ਼ਰ ਆ ਜੀ 5-7 ਮਿੰਟ ਬਹੁਤ ਰੱਬ ਜਿੰਨਾ ਆਸਰਾ ਹੁੰਦਾ ਘੋੜੇ ਵਾਲੇ ਨੂੰ ਹਾਂਜੀ ਬੰਦੇ ਨੂੰ ਹਾਂਜੀ ਡਾਕਟਰ ਦਾ ਮੈਡੀਕਲ ਵਾਲੇ ਦਾ ਜੇ ਰਾਤ ਬਰਾਤੇ ਬਾਈ ਲੋੜ ਪੈ ਜੇ ਐਮਰਜੈਂਸੀ ਪਰਮਾਤਮਾ ਨਾ ਕਰੇ ਹਾਂਜੀ ਸਹੀ ਉਦੋਂ ਕੇਰਾ ਬੰਦਾ ਅੱਖੋਂ ਅੰਨਾ ਹੋ ਜਾਂਦਾ ਹਾਂਜੀ ਸਹੀ ਗੱਲ ਹੈ ਉਦੋਂ ਦੀਂਦਾ ਹੀ ਕੁਝ ਨਹੀਂ ਗਈ ਪੂਰੇ ਉਦੋਂ ਬੰਦਾ ਜੇ ਮੈਡੀਕਲ ਵਾਲਾ ਮਿਲ ਜੇ ਤਾਂ ਲੱਖਾਂ ਕਰੋੜਾਂ ਦੀ ਜਾਨ ਹੁੰਦੀ ਹੈ ਹਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਹਾਂ ਵੀ ਬਾਈ ਇਹ ਅੰਕਲ ਜੀ ਸੋਨੂ ਦੇ ਫਾਦਰ ਸਾਹਿਬ ਠੀਕ ਹੈ ਜੀ ਠੀਕ ਤੇ ਚਾਚਾ ਜੀ ਹਾਏ ਹਾਏ ਮੇਰਿਆ ਰੱਬਾ ਹਾਏ ਮੇਰਿਆ ਰੱਬਾ ਇਹ ਬਸ ਸਾਡੀ ਆਪਸ ਵਿੱਚ ਅੰਦਰਲੀ ਗੱਲ ਆ ਉਹ ਦੱਸਣੀ ਅਸੀਂ ਕਿਸੇ ਨੂੰ ਨਹੀਂ ਬਸ ਉਹ ਅਸੀਂ ਮਗਰੋਂ ਗੱਲਾਂ ਕਰਾਂਗੇ ਇਹ ਬਾਈ ਦਾ ਪਿੰਡ ਸੰਤੂ ਵਾਲਾ ਇਹ ਚਾਚਾ ਹੀ ਲੱਗਦਾ ਆਪਣਾ ਠੀਕ ਹੈ ਇਹ ਪਿਆਰ ਨਾਲ ਚਾਚਾ ਕਹਿੰਦੇ ਆ ਤੇ ਬਾਈ ਨੇ ਚੜਾਈ ਵੀ ਅੱਜ ਜਿਹੜੇ ਦੰਦੇ ਦੰਦੇ ਕੱਢੇ ਆ ਅੱਜ ਆਹ ਦੇਖ ਸਾਰਿਆਂ ਬੰਦਿਆਂ ਤੇ ਇਤਰਾਜ਼ ਆ ਵੀ ਐਂ ਚੜ੍ਹਾਈ ਨਹੀਂ ਕੀਤੀ ਸੋਨੂ ਨੇ ਵੀ ਨਹੀਂ ਕੀਤੀ ਇੰਨੀ ਗੁਰਮੀਤ ਨੇ ਵੀ ਇੰਨੀ ਕੀਤੀ ਬਸ ਜੇ ਚਾਚਾ ਨਾ ਹੁੰਦਾ ਤੇ ਆਪਣੀ ਵੀਡੀਓ ਫੇਲ ਸੀ ਫਿਰ ਚਾਚੇ ਨੇ ਆਉਣਾ ਹੀ ਸੀਗਾ ਕਿ ਵੀਡੀਓ ਯਾਰ ਦੇ ਪਰ ਹੁਣ ਮੈਂ ਨਹੀਂ ਚਾਚਾ ਕਹਿ ਸਕਦਾ ਮੈਨੂੰ ਐਂ ਲੱਗਦਾ ਵੀ ਮੈਂ ਭਾਈ ਨਾਲੋਂ ਵੱਡਾ ਹੁੰਦਾ ਹਾਂ ਸਹੀ ਗੱਲ ਹੈ ਹੁਣ ਤੁਹਾਡੇ ਚਾਚੇ ਦੇ ਹਿਸਾਬ ਨਾਲ ਫਿਰ ਜਗਤ ਚਾਚਾ ਬਣ ਗਿਆ ਹਾਂਜੀ ਹਾਂ ਇਹ ਬਾਈ ਵੀ ਸੰਤੂ ਵਾਲੇ ਤੋਂ ਹੀ ਆ ਜੀ ਬਾਈ ਸੰਤੂ ਵਾਲੇ ਇਕੱਠੇ ਹੀ ਆ ਹਾਂ ਇਕੱਠੇ ਹੀ ਆ ਦੋਨੇ ਬਾਈ ਇਹ ਲੰਡਿਆਂ ਤੋਂ ਆਈ ਮਾਸਟਰ ਜੀ ਠੀਕ ਹੈ ਜੀ ਲੰਡੇ ਰੋਡਿਆਂ ਤੋਂ ਮੈਂਟੂ ਵਾਲੇ ਨਾਲ ਲੰਡੇ ਪਿੰਡ ਬਾਈ ਬਾਈ ਵਾਲੇ ਪਿੰਡ ਹਾਂਜੀ ਹਾਂਜੀ ਇਹ ਲੰਡੇ ਪਿੰਡ ਅੱਡਾ ਰੋਡੇ ਅੱਡਾ ਹਾਂਜੀ ਰੋਡੇ ਅੱਡਾ ਬਾਈ ਦੇ ਲੰਡੇ ਰੋਡੇ ਆ ਮੈਂਟੂ ਬਾਈ ਦਾ ਪਿੰਡ ਰੋਡੇ ਆ ਜੀ ਇਹਨਾਂ ਦਾ ਪਿੰਡ ਲੰਡੇ ਆ ਠੀਕ ਹੈ ਹਾਂਜੀ ਬਾਈ ਦੇ ਲੰਡੇ ਰੋਡੇ ਹਾਂਜੀ ਹਾਂਜੀ ਇਹ ਤੁਹਾਡਾ ਲੰਡੇ ਪਿੰਡ ਉਹ ਤਾਰ ਬਾਈ ਵਾਲਾ ਤਾਰ ਲੰਡੇ ਵਾਲਾ ਹਾਂਜੀ ਠੀਕ ਹੈ ਤਾਰ ਬਾਈ ਵਾਲਾ ਪਿੰਡ ਤੇ ਇਹ ਬਾਈ ਮੱਲਵਾਲ ਤੋਂ ਆਈ ਸਕਚੈਨ ਮੱਲਵਾਲ ਇਹਦੇ ਕੋਲੇ ਵੀ ਆਪਣੇ ਘੋੜੇ ਦੇ ਛੋਟੇ ਦੇ ਬੱਚੇ ਬੁੱਚੇ ਵੀ ਹੈਗੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਨਿੱਕੇ ਦੇ ਹਾਂ ਨਿੱਕੇ ਘੋੜੇ ਦੇ ਇਹਦੇ ਘਰੇ ਬਾਈ ਦੇ ਘੋੜੀਆਂ ਸੁਈਆਂ ਹੁਣ ਇਹ ਵੀ ਬਾਈ ਲੰਡਿਆਂ ਤੋਂ ਆਈ ਠੀਕ ਹੈ ਜੀ ਇਹ ਡਾਕਟਰ ਜੀ ਡਾਕਟਰ ਸਾਹਿਬ ਹਾਂਜੀ ਇਹ ਡਾਕਟਰ ਇਹ ਇਹ ਡਾਕਟਰੀ ਕਾਦੀ ਕਰਦੇ ਇਹ ਵੀ ਪਹਿਲਾਂ ਡਾਕਟਰ ਸੀ ਹੁਣ ਨਹੀਂ ਵੈਸੇ ਤਾਂ ਹੁਣ ਤਾਂ ਨਾਂ ਤੋਂ ਹੀ ਡਾਕਟਰ ਆ ਜੀ ਠੀਕ ਹੈ ਠੀਕ ਹੈ ਜੀ ਹਾਂ ਜਿਵੇਂ ਕੋਈ ਕਈ ਬੰਦੇ ਪਿੰਡਾਂ 'ਚ ਇਹੋ ਜਿਹੇ ਹੁੰਦੇ ਫੌਜ ਦੀ ਭਰਤੀ ਭਾਵੇਂ ਇੱਕ ਦੇਖ ਹੁਣ ਸਾਰੀ ਜ਼ਿੰਦਗੀ ਫੌਜੀ ਵੱਜਦੇ ਰਹਿੰਦੇ ਆ ਹਾਂਜੀ ਇਹ ਹੁਣ ਉਵੇਂ ਡਾਕਟਰ ਇਹ ਬਸ ਨਾਂ ਦਾ ਡਾਕਟਰੀ ਇਹ ਨਾਂ ਦਾ ਬਾਈ ਦਾ ਸੰਤੋਖ ਹੈ ਇਹਨੂੰ ਕਹਿੰਦੇ ਡਾਕਟਰੀ ਡਾਕਟਰੀ ਹੈ ਡਾਕਟਰ ਦੇ ਨਾਂ ਨਾਲ ਜਾਂਦੇ ਆ ਤੇ ਆਹ ਗੱਭਰੂ ਬਾਈ ਕਰਦਾ ਸੇਵਾ ਹਾਂਜੀ ਇਹ ਆਪਣੇ ਸਾਰੇ ਜਿੰਨੇ ਵੀ ਜਾਨਵਰ ਇਹੀ ਸਾਂਭਦਾ ਅੱਜ ਜਿੰਨੇ ਘੋੜੇ ਚਮਕਦੇ ਸੀਗੇ ਹਨਾ ਬਾਈ ਇਹ ਸਾਰੇ ਇਸੇ ਦੇ ਕੰਮ ਮਤਲਬ ਬਰਫ ਵਾਂਗੂ ਦਿਸਦਾ ਸੀ ਅਰਜਨ ਵੀ ਦੂਜਾ ਵੀ ਘੋੜੀਆਂ ਵੀ ਤੇ ਉਹ ਬਾਈ ਕੋਲੇ ਇੰਨਾ ਸਮਾਣੀ ਹੋਏ ਲੱਗਿਆ ਕਿ ਬਾਈ ਤੋਂ ਕੱਪੜੇ ਨਹੀਂ ਬਦਲੇ ਗਏ ਪਰ ਸਾਡੀ ਵੀਡੀਓ ਲਈ ਬਾਈ ਨੇ ਘੋੜੇ ਇੰਨੇ ਕੁ ਚਮਕਾਤੇ ਵੀ ਸਵਾਦ ਆ ਗਿਆ ਵੀਰੇ ਆਨੰਦ ਆ ਗਿਆ ਕੰਮ ਦਾ ਠੀਕ ਆ ਨਾ ਬਾਈ ਠੀਕ ਆ ਕੰਮ ਕਰਨ ਜਾਂਦੇ ਇਹ ਦਿਲੋਂ ਕੰਮ ਕਰਦਾ ਜਿੰਨਾ ਵੀ ਕਰਦਾ ਦਿਲੋਂ ਕਰਦਾ ਇਹ ਨਹੀਂ ਵੀ ਜਿਹੜਾ ਕਹਿਤਾ ਵੀ ਕਰਤਾ ਮਾੜਾ ਮੋਟਾ ਇਹ ਦਿਲੋਂ ਕਰਦਾ ਇਹ ਉਹ ਕੰਮ ਨਹੀਂ ਕਰਦਾ ਤੇ ਮਤਲਬ ਘੋੜਿਆਂ ਦੀ ਮੈਨੂੰ ਐਂ ਲੱਗਦਾ ਹੁੰਦਾ ਵੀ ਘੋੜਿਆਂ ਦੇ ਅਸਲ ਮਾਲਕ ਹੀ ਇਹ ਇਹ ਬੰਦੇ ਕਿਉਂਕਿ ਇਹਨਾਂ ਨੇ ਸੁੱਖ ਦੁੱਖ ਘੋੜੇ ਦੇ ਨਾਲ ਸਾਰੀ ਦਿਹਾੜੀ ਕਰਨਾ ਹਾਂਜੀ ਸਾਰੀ ਦਿਹਾੜੀ ਗੱਲਬਾਤ ਕਰਨੀ ਹੈ ਤੂੰ ਠੀਕ ਹੈ ਤੂੰ ਪੱਠੇ ਖਾਧੇ ਆ ਪਾਣੀ ਪੀਣਾ ਹਨਾ ਹਰੇਕ ਗੱਲਬਾਤ ਕਰਨੀ ਅੱਧੀ ਭਾਸ਼ਾ ਘੋੜਿਆਂ ਦੀ ਘੋੜਾ ਸਾਂਭਣ ਵਾਲਾ ਬੰਦਾ ਸਿੱਖ ਹਾਂਜੀ 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 ਹਨਾ ਬਾਈ ਸਹੀ ਤੇ ਘੋੜੇ ਨੂੰ ਵੀ ਮੋਹ ਬਾਈ ਜਿਹੜਾ ਉਹਦੀ ਸੇਵਾ ਕਰਦਾ ਉਹਦਾ ਜ਼ਿਆਦਾ ਹਾਂਜੀ ਉਹਦਾ ਜ਼ਿਆਦਾ ਹੁੰਦਾ ਸਹੀ ਗੱਲ ਤੇ ਬਾਈ ਇਸ ਗੱਲ ਦਾ ਆਨੰਦ ਆ ਗਿਆ ਘੋੜੇ ਅੱਜ ਬਹੁਤ ਸੋਹਣੇ ਲੱਗਦੇ ਸੀ ਤੇ ਸਪੈਸ਼ਲ ਮੈਂ ਸਪੈਸ਼ਲੀ ਆਪਣੇ ਦੋਸਤਾਂ ਨੂੰ ਬੇਨਤੀ ਕਰਦਾ ਵੀਡੀਓ ਦੇ ਐਂਡ ਦੇ ਵਿੱਚ ਕਿ ਤੁਸੀਂ ਨਾ ਬਾਈ ਲਈ ਤਾਂ ਬਾਈ ਹੁਣਾਂ ਦਾ ਨੰਬਰ ਦਿੱਤਾ ਗੁਰਮੀਤ ਹੁਣਾਂ ਦਾ ਤਾਂ ਇਹਨਾਂ ਨੂੰ ਤੁਸੀਂ ਫੋਨ ਕਰਨਾ ਅਰਜਨ ਘੋੜੇ ਦੀ ਸੇਵਾ ਲਈ ਦੂਸਰੇ ਘੋੜੇ ਦਾ ਨਾਂ ਕੀ ਆਪਣੇ ਦਾ ਸੁਲਤਾਨ ਸੁਲਤਾਨ ਘੋੜੇ ਦੀ ਸੇਵਾ ਲਈ ਤਾਂ ਤੁਸੀਂ ਫੋਨ ਕਰਨਾ ਤੇ ਆਹ ਬਾਈ ਦੀ ਸੇਵਾ ਲਈ ਤੁਸੀਂ ਕਮੈਂਟ ਕਰਨਾ ਕਿ ਵਾਕਈ ਤੁਹਾਨੂੰ ਜਿਹੜੇ ਘੋੜੇ ਸੰਭੇਵੇ ਘੋੜੇ ਦਿਸਦੇ ਸੀ ਉਹ ਬਾਈ ਦੀ ਬਦੌਲਤ ਸੀ ਇਹਦੇ ਲਈ ਤੁਸੀਂ ਕਮੈਂਟ ਕਰਨਾ ਕਿ ਤੁਸੀਂ ਬਾਈ ਦੀ ਸੇਵਾ ਤੁਹਾਨੂੰ ਕਿਹੋ ਜਿਹੀ ਲੱਗੀ ਕਿਵੇਂ ਲੱਗੀ ਦੱਸਣਾ ਜ਼ਰੂਰ ਆ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਸੁਣਨਾ